टेबल चक्की अगेन अगेन माड़ी बहुत बहुत पिछले सही लो जी सत श्री अकाल जी सारे 37वां जे एस टी पंजाब स्टेट सुपर फुटबॉल लीग जी चल रही है 23-24 सैशन जो असी पंजाब लीग कह दें अज जे एस टी अकैडमी वर्सस इंटरनेशनल फुटबॉल क्लब फगवाड़े का मैच खेडिया जा रहा ठीक 4 बजे किक ऑफ हो जानी है जी 3:40 हो गए आ ठीक 20 मिनटों बाद किक ऑफ हो जानी है टीमां वार्मअप कर रही ने ठीक 4 बजे का टाइम आ 4 बजे किक ऑफ हो जानी है मैच की सत पॉइंट है जी इंटरनेशनल के 4 मैचों के ਬਈ ਕਿੰਨੇ ਪੁਆਇੰਟ ਅਕੈਡਮੀ ਦੇ ਪਤਾ ਕੋਈ ਅਕੈਡਮੀ ਕਿੰਨੇ ਮੈਚ ਖੇਡ ਗਈ 4 ਕਿੱਦਾਂ ਅੱਛਾ ਨਹੀਂ ਗੜ ਸ਼ੰਕਰ ਹਾਰ ਗਈ ਸੀ ਉਹ ਤੋਂ ਬਾਅਦ ਜਗ ਸਿੰਘ ਪਲਾਹੀ ਨੂੰ ਜਿੱਤੀ ਸੀ YFC ਨੂੰ ਵੀ ਹਾਰ ਗਈ ਆ 3 ਮੈਚ ਤਾਂ ਮੇਰੇ ਹਿਸਾਬ ਨਾਲ ਖੇਡ ਲਏ ਉਹ 3 ਖੇਡ ਲਿਆ ਕਿ ਚੌਥਾ ਖੇਡਣਾ ਕਿ ਅੱਜ 5ਵਾਂ ਹੀ ਨਹੀਂ ਪਤਾ ਇੱਕ ਮੈਂ ਕਹਿੰਦਾ ਜੱਬੜਨਾ ਵੀ ਨਹੀਂ ਖੇਡ ਲਿਆ 4-4 ਹੀ ਮੈਚ ਹੈ ਲੱਗਦਾ ਉਹ ਬੱਲੇ ਤਾਰੀ ਉੱਧਰ ਸ਼ਾਇਦ ਪ੍ਰਿਆ ਵੀ ਜੁੜਿਆ ਲਾਈਵ ਦੇ ਵਿੱਚ ਅਵਤਾਰ ਸਿੰਘ ਕੱਲ੍ਹ 2nd Division ਦੇ ਮੈਚ ਹੋਏ ਸੀਗੇ ਜਿਹਦੇ ਵਿੱਚ BSF ਅਤੇ KRFC 1-1 ਗੋਲ ਡਰਾਅ ਰਹੀਆਂ ਅਤੇ ਦੂਸਰੇ ਪਾਸੇ ਮਹਾਦਾਨੀ ਕੁੰਦਨ ਸਿੰਘ ਫੁੱਟਬਾਲ ਕਲੱਬ ਵੱਡੋਂ ਦੀ ਟੀਮ ਜੇਤੂ ਰਹੀ ਸੀ 3-1 'ਤੇ ਸ਼ੇਰੇ ਪੰਜਾਬ ਦੀ ਟੀਮ ਨੂੰ ਰੋਪੜ ਦੀ ਟੀਮ ਨੂੰ ਤਾਰੀ ਹੁਣੀ ਸ਼ਾਇਦ ਪਰੀਏ ਉਸ ਟੀਮ ਦੇ ਮੈਂਬਰ ਨੇ ਬਹੁਤ ਬਹੁਤ ਜੀ ਬਹੁਤ ਨਹੀਂ ਗੋਡਾ ਪ੍ਰੋਗਰਾਮ ਦੀ ਗਰਾਊਂਡ ਦੀ ਹਾਲਾਤ ਨਹੀਂ ਗਰਾਊਂਡ ਭਾਜੀ ਬਹੁਤ ਏ ਕਲਾਸ ਆ ਜੀ ਗਰਾਊਂਡ ਦੀ ਹਾਲਾਤ ਮੈਂ ਕਹਿੰਦਾ ਗਰਾਊਂਡ ਬਹੁਤ ਵਧੀਆ ਆ ਐਨ ਟੋਟਲੀ ਗਰਾਸੀ ਗਰਾਊਂਡ ਆ ਅਤੇ ਵਧੀਆ ਮੇਨਟੇਨ ਕੀਤੀ ਹੋਈ ਆ ਜੀ ਪਿਓੜੇ ਪਿੰਡ ਵੱਲੋਂ ਗਰਾਊਂਡ ਬਹੁਤ ਵਧੀਆ ਹੈ ਜੀ ਅਤੇ ਉੱਧਰ ਰੈਫਰੀ ਸਾਹਿਬਾਨ ਵੀ ਕਹਿੰਦੇ ਗਰਾਊਂਡ ਦੇ ਵਿੱਚ ਪਹੁੰਚ ਚੁੱਕੇ ਆ ਸਤਵੀਰ ਸਿੰਘ ਸੱਤੀ ਸਾਡਾ ਵੀਰ ਜਿੰਦੋਵਾਲ ਤੋਂ ਸੈਂਟਰ ਰੈਫਰੀ ਅਸਿਸਟੈਂਟ ਆ ਜੀ ਨਾਲ ਸੁੱਖਾ ਸਾਡਾ ਵੀਰ ਦਸਾਂਝਾਂ ਤੋਂ ਨਾਲ ਗੋਰਾ ਸਾਡਾ ਵੀਰ ਪੱਲੀਆਂ ਵਾਲਾ ਅਤੇ ਫੋਰਥ ਰੈਫਰੀ ਆ ਜੀ ਸਾਡਾ ਵੀਰ ਲਾਡੀ ਕਾਮਾ ਅਤੇ ਮੈਚ ਕਮਿਸ਼ਨਰ ਜੀ ਕੇਵਲ ਸਿੰਘ ਜੀ ਦੋਨੇ ਟੀਮਾਂ ਵਾਰਮਅਪ ਕਰ ਰਹੀਆਂ ਨੇ ਠੀਕ 4 ਵਜੇ ਕਿੱਕ ਆਫ ਹੋ ਜਾਣੀ ਆ 3:50 ਦੇ ਉੱਪਰ ਇੱਥੇ ਲਾਈਨ ਅਪ ਹੋ ਜਾਣੀਆਂ ਟੀਮਾਂ ਦੋਨੇ 43 ਹੋ ਗਿਆ 7 ਮਿੰਟ ਬਾਕੀ ਆ ਇੰਟਰੋਡਕਸ਼ਨ
जवानी गए ना भेजता सी लिंक में तो दूजा अकैडमी मैनेजर ने जा रहा उन्होंने जबड़ना भी कहनी तीन तो मैं पता है पता गढ़ शंकर ने बाई एफ सी ने एक पलाही ने जबड़ना भी चौथा नहीं पांचवा जबड़ना नहीं खेडी ठीक है ठीक है और मैं कह गई फोन है ਪਾਵਰ ਬੈਂਕ ਨੂੰ ਕੋਈ ਮੈਨੂੰ ਡਾਟਾ ਕੋਲ ਤੁਹਾਨੂੰ ਡਾਟਾ ਕੇਬਲ ਦੇ ਰਾਲਾ वार्म अप हो रही ने दरजेसरी अकैडमी की टीम भी वार्म अप कर रही है प्रदीप सिंह दीपा भाजी बिलगे वाले कोच साहबान नाल साडा वीर सनी पलाही तो जीएसटी अकैडमी के कोच साहबान वह भी पहुँच चुके आ रेड किट विच टीम वार्म अप कर रही है जीएसटी अकैडमी की ਚੈੱਕ ਕਰ ਲਈ ਮੈਂ ਉਹੀ ਤਾਂ ਕਹਿੰਦਾ ਤਾਂ ਕਢਾ ਲਈਏ ਪਰ ਉਹ ਪ੍ਰੋਬਲਮ ਆਣੀ ਆ ਉਹਨਾਂ ਤੋਂ ਹੈਗੀ ਇੱਕ ਲਿਸਟ ਆ ਵਾ ਲੈ ਲਿਆ ਉੱਤੇ ਭਰ ਲੈਣੇ चार बजे मैच शुरू हो जाऊगा तीन पंजाह ते टीमां लाइन अप कर लेनियां ने रेफरी समान ने अपने कोल ठीक है जी ठीक है संत बाबा भाग सिंह यूनीवर्सिटी जबड़ भी जीती हो गया ठीक है जी ठीक है उही मैं सगा चार मैच खेल हो जेएसटी अकैडमी ने भी जेएसटी अकैडमी के भी छे पॉइंट आ चार तो इंटरनेशनल के सत्त पॉइंट आ चार इंटरनेशनल अपना दो मैच जीती है एक ड्रॉ किया एक लूज किया पंजाब पुलिस ने मालपुर हरभजन स्पोर्टिंग क्लब में जीती है तो शेरे खालसा वारीयर जीती आ एक ड्रॉ किया दलबीर अकैडमी पटियाले पंजाब पुलिस को हारी आते पांचवा मैच अज खेड रही है जसप्रीत सिंह जी ने रहो गुड कवरेज थैंक यू जी थैंक यू मेहरबानी मेरा वीर जसप्रीत सिंह तो ठीक चार बजे किक ऑफ हो जानी है जी मैच की तो तीन पंजाह के उपर टीम लाइन अप हो जानी है तीन मिनट रह गए तो इंटरनेशनल की टीम भी हूँ येलो किट के आ गई है तो वाइट किट के वार्म अप किया मुंडिया ने तो हम पानी पुनी पी के गर्मी बहुत ज़्यादा मित्रों मौसम सानू पता ही आ सैंती डिग्री टेंपरेचर है मतलब सैंती डिग्री रविया
ਅਤੇ ਕੁਲਦੀਪ ਸਿੰਘ ਦੀਪ ਭਾਅ ਜੀ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਦੇ ਕੋਚ ਸਾਹਿਬਾਨ ਅਤੇ ਹੌਲੀ ਹੌਲੀ ਮਤਲਬ ਦਰਸ਼ਕਾਂ ਦਾ ਵੀ ਇਕੱਠ ਗਰਾਊਂਡ ਦੇ ਵਿੱਚ ਪਹੁੰਚ ਰਿਹਾ ਕਿਉਂਕਿ ਬਹੁਤ ਵਧੀਆ ਮੈਚ ਦੇਖਣ ਨੂੰ ਮਿਲਣਾ ਜਿਹਨੂੰ ਆਪਾਂ ਡਰਬੀ ਕਹਿ ਦਿੰਦੇ ਹਾਂ ਦੋਨੇ ਟੀਮਾਂ ਫਗਵਾੜੇ ਦੀਆਂ ਨੇ ਅਤੇ ਡਰਬੀ ਜਿਵੇਂ ਹੁਣ ਡੂਰਨ ਕੱਪ ਦਾ ਵੀ ਟੂਰਨਾਮੈਂਟ ਚੱਲ ਰਿਹਾ ਡੂਰਨ ਕੱਪ ਅਤੇ ਉਹਦੇ ਵਿੱਚ ਵੀ ਈਸਟ ਬੰਗਾਲ ਅਤੇ ਮੋਹਣ ਬਗਾਨ ਦੀਆਂ ਟੀਮਾਂ ਫਾਈਨਲ 'ਚ ਪਹੁੰਚ ਗਈਆਂ ਮੋਹਣ ਬਗਾਨ ਦੀ ਟੀਮ ਕੱਲ੍ਹ 2-1 'ਤੇ ਜਿੱਤ ਕੇ ਐਫ ਸੀ ਗੋਆ ਨੂੰ ਫਾਈਨਲ 'ਚ ਪ੍ਰਵੇਸ਼ ਕੀਤਾ ਉੱਧਰ ਈਸਟ ਬੰਗਾਲ ਦੀ ਟੀਮ ਨੇ ਟਾਈ ਬ੍ਰੇਕਰ 'ਤੇ ਜਿੱਤ ਪ੍ਰਾਪਤ ਕੀਤੀ ਸੀ ਨੌਰਥ ਈਸਟ ਨੂੰ 2-2 ਗੋਲ ਬਰਾਬਰ ਰਿਹਾ ਸੀਗਾ ਅਤੇ ਉਸ ਤੋਂ ਬਾਅਦ ਟਾਈ ਬ੍ਰੇਕਰ ਦੇ ਉੱਪਰ ਜਿੱਤ ਪ੍ਰਾਪਤ ਕੀਤੀ ਅਤੇ ਇੱਕ ਵਾਰ ਫਿਰ ਡਰਬੀ ਦੇਖਣ ਨੂੰ ਮਿਲੂਗੀ ਇਸ ਤੋਂ ਪਹਿਲਾਂ ਲੀਗ ਦੇ ਵਿੱਚ ਆਪਸ 'ਚ ਖੇਡੀਆਂ ਸੀ ਦੋਨੇ ਟੀਮਾਂ ਈਸਟ ਬੰਗਾਲ ਅਤੇ ਮੋਹਣ ਬਗਾਨ ਜਿਹਦੇ ਵਿੱਚ ਈਸਟ ਬੰਗਾਲ ਦੀ ਟੀਮ ਜੇਤੂ ਰਹੀ ਸੀਗੀ ਇੱਕ ਗੋਲ 'ਤੇ ਅਤੇ ਡਰਬੀ ਉਸ ਚੀਜ਼ ਨੂੰ ਕਹਿੰਦੇ ਆ ਜਿਵੇਂ ਇੱਕ ਸਿਟੀ ਦੀਆਂ ਦੋ ਟੀਮਾਂ ਹੁੰਦੀਆਂ ਨੇ ਜਿਵੇਂ ਹੁਣ ਕਲਕੱਤੇ ਸ਼ਹਿਰ ਦੀਆਂ ਦੋ ਟੀਮਾਂ ਖੇਡ ਰਹੀਆਂ ਆਪਸ 'ਚ ਮੈਚ ਪੈ ਗਿਆ ਉਹਨੂੰ ਡਰਬੀ ਕਹਿੰਦੇ ਆ ਜਿਵੇਂ ਇੰਗਲੈਂਡ ਦੇ ਵਿੱਚ ਮੈਨਚੈਸਟਰ ਆ ਮੈਨਚੈਸਟਰ ਸਿਟੀ ਦੇ ਜਦੋਂ ਮੈਨਚੈਸਟਰ ਯੂਨਾਈਟਡ ਦੀਆਂ ਟੀਮਾਂ ਖੇਡਦੀਆਂ ਨੇ ਇੱਕੋ ਸਿਟੀ ਦੀਆਂ ਦੋ ਟੀਮਾਂ ਖੇਡਦੀਆਂ ਉਹਨੂੰ ਡਰਬੀ ਕਹਿੰਦੇ ਆ ਇਸੇ ਤਰ੍ਹਾਂ ਅੱਜ ਫਗਵਾੜੇ ਦੀਆਂ ਦੋ ਟੀਮਾਂ ਖੇਡ ਰਹੀਆਂ ਨੇ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਵਰਸਿਜ਼ JST ਫੁੱਟਬਾਲ ਅਕੈਡਮੀ ਫਗਵਾੜਾ ਚਲੋ ਜੀ ਦੋਨੇ ਟੀਮਾਂ ਹੁਣ ਲਾਈਨ ਅਪ ਕੀਤੀਆਂ ਜਾਊਗੀਆਂ 3:50 ਹੋ ਗਏ ਆ ਟੀਮਾਂ ਨੂੰ ਹੁਣ ਲਾਈਨ ਅਪ ਦੀ ਕਾਲ ਕੀਤੀ ਜਾ ਰਹੀ ਆ ਦੋਨੇ ਟੀਮਾਂ ਆਪਣਾ ਪੰਜਵਾਂ ਮੈਚ ਖੇਡ ਰਹੀਆਂ ਨੇ ਇੰਟਰਨੈਸ਼ਨਲ ਦੀ ਟੀਮ ਆਪਣਾ ਪਹਿਲਾ ਮੈਚ ਖਾਲਸਾ ਵਾਰੀਅਰ ਨੂੰ ਜਿੱਤੀ ਸੀ ਉਸ ਤੋਂ ਬਾਅਦ ਦਲਵੀਰ ਫੁੱਟਬਾਲ ਅਕੈਡਮੀ ਪਟਿਆਲੇ ਨੂੰ ਡਰੋਅ ਕੀਤਾ ਉਸ ਤੋਂ ਬਾਅਦ ਹਰਭਜਨ ਸਪੋਰਟਿੰਗ ਕਲੱਬ ਮਾਲਪੁਰ ਦੀ ਟੀਮ ਨੂੰ ਇਸੇ ਗਰਾਊਂਡ ਦੇ ਵਿੱਚ 4-1 'ਤੇ ਜਿੱਤੀ ਸੀ ਅਤੇ ਇਸ ਤੋਂ ਪਹਿਲਾਂ ਹੋਏ ਮੈਚ ਦੇ ਵਿੱਚ ਪੰਜਾਬ ਪੁਲਿਸ ਦੇ ਨਾਲ ਲੂਜ਼ ਕੀਤਾ ਜਲੰਧਰ ਮੈਚ ਹੋਇਆ ਸੀਗਾ ਉਹਦੇ ਵਿੱਚ ਲੂਜ਼ ਕੀਤਾ ਟੀਮ ਨੇ ਅਤੇ 7 ਪੁਆਇੰਟਾਂ 'ਤੇ ਖੇਡ ਰਹੀ ਆ ਦੂਸਰੇ ਪਾਸੇ JST ਅਕੈਡਮੀ ਦੀ ਟੀਮ ਆਪਣਾ ਪਹਿਲਾ ਮੈਚ ਜੱਬੜ ਯੂਨੀਵਰਸਿਟੀ ਨੂੰ ਜਿੱਤੀ ਦੂਸਰਾ ਮੈਚ ਗੜਸ਼ੰਕਰ ਦੀ ਟੀਮ ਨੂੰ ਲੂਜ਼ ਕੀਤਾ ਤੀਸਰਾ ਮੈਚ ਜਗਤ ਸਿੰਘ ਪਲਾਹੀ ਦੀ ਟੀਮ ਨੂੰ ਜਿੱਤੀ ਆ ਅਤੇ ਚੌਥਾ ਮੈਚ YFC ਮਾਲਪੁਰ ਨੂੰ ਲੂਜ਼ ਕੀਤਾ 4 ਮੈਚਾਂ ਦੇ ਵਿੱਚ 6 ਪੁਆਇੰਟ ਆ ਦੂਸਰੇ ਪਾਸੇ 4 ਮੈਚਾਂ ਦੇ ਵਿੱਚ 7 ਪੁਆਇੰਟ ਆ ਹਜੇ ਟੀਮਾਂ ਲਾਈਨ ਅਪ ਹੋ ਚੁੱਕੀਆਂ ਨੇ ਉਧਰ ਕਰਮੀ ਆ ਮਤਲਬ ਮਾਨਸੇ ਵਾਲਾ ਕੈਪਟਨ ਮੰਨਾ ਖੇਡ ਰਿਹਾ ਡਾਂਡੀਆਂ ਵਾਲਾ ਈਸ਼ਵਰ ਕੋਤੜਾ ਵਾਲਾ ਨਵੀ ਆ ਰੋਹਿਤ ਖੇਡਦਾ ਸਟ੍ਰਾਈਕਰ ਅਸੀਂ ਵੀ ਦੁਬਈ ਬੈਠੇ ਲਾਈਵ ਦੇਖ ਰਹੇ ਹਾਂ ਠੀਕ ਹੈ ਜੀ ਠੀਕ ਹੈ ਲਓ ਜੀ ਸਾਰੇ ਸਾਡੇ NRI ਵੀਰ ਵੀ ਜੁੜੇ ਹੋਏ ਆ ਲਾਈਵ ਮੈਚ ਦੇਖ ਰਹੇ ਆ
इंटरनेशनल की टीम अपना होम ग्राउंड के मैच खेल रही है, पांचवा मैच खेल रही है तो 7 पॉइंट आ। पिछला मैच पंजाब पुलिस ने 1-0 से लूज किया। इस तरह जे एस टी अकैडमी अपना पिछला मैच लूज करके आई है वाई एफ सी मालपुर, तो दोनों टीम इस मैच के जित भालूगी, कम बैक करूगी। ਡੰਗਰੀ ਸਾਡਾ ਵੀ ਇੱਕ ਭਰ ਇਟਲੀ ਵਾਲਾ जी। सेंटर रैफरी हो गए साडा वीर सत्ती जिंदोवाल, जिहदे वल्लों कल भी मैच खिलाया गया मालपुर विखे, नाल असिस्टेंट रैफरी आ गोरा पल्लियां सुखा साडा वीर दसांझ खुरद तों, ते फोर्थ ऑफिशियल है जी लाडी साडा वीर कामे वाला, ते मैच कमिश्नर ने केवल सिंह जी, इन्हां वल्लों सारी अपडेट पी एफ ए तों पहुँचदी करनी आ, कि टीम ने कौन जीती आ, किनू येलो कार्ड होया, किनू रैड कार्ड होया, किने गोल किया, सारी जिहड़ी की अपडेट आ पहुँचदी की जानी आ। लो जी ग्राउंड दे विच एंटर हो चुकी आ दोनों टीम, करन खेल का मुंडा गोलकीपर पेश आ, ईश्वर आ, गगन आ, दुपिंदर आ, जप नाम आ, करनी आ, रोहित आ साडा वीर, ते नवी आ। दुबई बैठे लाइव, ठीक है जी, ठीक है, धन्यवाद जी, धन्यवाद सारे वीर का, एन आर आई वीर का जोड़े साढ़े वीर मैच देख रहे हैं जी, दुबई बैठे, इटली बैठे, इंग्लैंड सारिया कंट्रियां वाच करती। पांच मेहमान जान गए जसवीर सिंह भालटा भाजी, नीटू भाजी, भाई एफ सी मालपुर टीम के कोच नाल आ जी, कोसी वाले पंडित भाजी, एस एन कॉलेज बंगिया के कोच साहबान टीमों के लिए इंट्रोडक्शन कर जा रहे हैं। ਭੱਲਾ ਅੰਕਲ ਜੀ ਵੀ ਸਾਡੇ ਨਾਲ ਜੁੜਿਆ ਜੀ ਲਾਈਵ ਦੇ ਵਿੱਚ, ਸੁਰਿੰਦਰ ਸਿੰਘ ਭੱਲਾ ਅੰਕਲ ਜੀ ਫਗਵਾੜੇ ਤੋਂ, ਸਤਿ ਸ਼੍ਰੀ ਅਕਾਲ ਅੰਕਲ ਜੀ। ਅਤੇ ਲਓ ਜੀ ਉੱਧਰ ਕਹਿੰਦੇ ਸ਼੍ਰੀ ਕ੍ਰਿਸ਼ਨ ਚੰਦ ਜੀ ਭਨੋਟ ਪਟਵਾਰੀ ਅੰਕਲ ਜੀ ਵੀ ਪਹੁੰਚ ਚੁੱਕੇ ਆ ਜੀ ਗਰਾਊਂਡ ਦੇ ਵਿੱਚ ਠੱਤਰਵਾਲ ਤੋਂ। ਅਤੇ ਲਓ ਜੀ ਟੀਮਾਂ ਦੇ ਨਾਲ ਹੁਣ ਗਰੁੱਪ ਫੋਟੋ ਕੀਤੀ ਜਾ ਰਹੀ ਆ। ਸਭ ਹੀ ਭਾਅ ਜੀ
ਪਜੌੜੇ ਤੋਂ ਪੰਜਾਬ ਪੁਲਿਸ ਜਸਵੀਰ ਸਿੰਘ ਭਾਟਾ ਨੀਟੂ ਭਾਅ ਜੀ ਉਸੀ ਤੋਂ ਹੁਣ ਤਾਂ ਭਾਅ ਜੀ ਐੱਸ ਐਨ ਕਾਲਜ ਬੰਗਿਆਂ ਦੇ ਕੋਚ ਸਾਹਿਬਾਨ ਇੱਕ ਯਾਦਗਾਰੀ ਫੋਟੋ ਖਿੱਚੀ ਗਈ ਆ ਹੁਣ ਹੋ ਗਈ ਜੀ ਟੀਮ ਟੌਸ ਕੈਪਟਨ ਟੌਸ ਹੋ ਗਈ ਉੱਧਰ ਜਪਨਾਮ ਗਿਆ ਟੌਸ ਕਰਨ ਕਰਮੀ ਆ ਮਿੱਤਰੋ ਕਰਮੀ ਆ ਮਾਨਸੇ ਵਾਲਾ ਕੈਪਟਨ ਅਤੇ ਨਾਲ ਉੱਧਰ ਕਹਿੰਦੇ ਮੁੰਡਾ ਆਇਆ ਜੀ ਏਸ ਟੀ ਅਕੈਡਮੀ ਤੋਂ 7 ਨੰਬਰ ਦੀ ਜਾਰਸੀ ਵਿੱਚ ਕੈਪਟਨ ਅਕੈਡਮੀ ਦੀ ਟੀਮ ਨੇ ਟੌਸ ਜਿੱਤੀ ਆ ਅਤੇ ਸਾਈਡ ਲਈ ਆ ਅਤੇ ਬੋਲ ਆਊਗਾ ਜੀ ਇੰਟਰਨੈਸ਼ਨਲ ਦਾ ਲਓ ਜੀ ਸੈਂਟਰ ਰੈਫਰੀ ਸੱਤੀ ਸਾਡਾ ਵੀਰ ਜਿੰਦਵਾਲ ਅਸਿਸਟੈਂਟ ਹੈ ਗੋਰਾ ਪਲੀਆਂ ਸੁੱਖਾ ਦਸਾਂਝਾਂ ਅਤੇ ਫੋਰਥ ਵਿਸ਼ੇ ਦਾ ਲਾਡੀ ਕਾਮੇ ਵਾਲਾ ਮੈਚ ਕਮਿਸ਼ਨਰ ਨੇ ਜੀ ਕੇਵਲ ਸਿੰਘ ਤੋਂ ਸ਼ੁਰੂ ਆ ਜੀ ਮੇਰਾ ਭਰਾ ਕਰਨਵੀਰ ਵਧੀਆ ਜੀ ਵਧੀਆ ਰੋਹਿਤ ਨੰਗਲ 5 ਤਰੀਕ ਤੋਂ ਜੈਨ ਵੀ ਟੂਰਨਾਮੈਂਟ ਸ਼ੁਰੂ ਆ ਜੀ 7 ਸਾਈਡ ਨਾਈਟ ਬਿਲਕੁਲ ਜੀ ਬਿਲਕੁਲ ਮੈਂ ਤਾਂ ਪਹਿਲਾਂ ਜ਼ਿਕਰ ਕਰਕੇ ਹਟਿਆ ਵੀ ਅੱਜ ਫਗਵਾੜਾ ਡਰਬੀ ਆ ਫਗਵਾੜਾ ਇਹ ਫਗਵਾੜੇ ਦੀਆਂ ਦੋਨੇ ਟੀਮਾਂ ਖੇਡ ਰਹੀਆਂ ਨੇ ਜਿਵੇਂ ਉੱਧਰ ਡੂਰਨ ਕੱਪ ਵੀ ਚੱਲ ਰਿਹਾ ਉਹਦੇ ਵਿੱਚ ਵੀ ਡਰਬੀ ਆ ਮਿੱਤਰੋ ਕਹਿੰਦੇ ਈਸਟ ਬੰਗਾਲ ਅਤੇ ਮੋਹਣ ਬੰਗਾਲ ਦੀਆਂ ਟੀਮਾਂ ਖੇਡ ਰਹੀਆਂ ਫਾਈਨਲ ਮੈਚ ਉੱਧਰ ਕਹਿੰਦੇ ਰੈਫਰੀ ਦੀ ਲੰਬੀ ਵਿਸਲ ਦੇ ਨਾਲ ਮੈਚ ਹੋਊਗਾ ਸ਼ੁਰੂ ਅੱਜ ਦਾ ਇੰਟਰਨੈਸ਼ਨਲ ਵਰਸਿਸ ਜੇ ਐਸ ਟੀ ਅਕੈਡਮੀ ਫਗਵਾੜਾ ਜੇ ਐਸ ਟੀ ਦੀ ਟੀਮ ਰੈੱਡ ਕਿੱਟ ਵਿੱਚ ਆ ਅਤੇ ਯੈਲੋ ਕਿੱਟ ਵਿੱਚ ਆ ਜੀ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਨਹੀਂ ਭਾਅ ਜੀ ਲਾਈਵ ਵਾਸਤੇ ਸ਼ੁਰੂ ਹੋਇਆ ਜਾਂ ਫਾਈਨਲ ਲਾਈਵ ਮੇਰਾ ਵੀਰ 5 ਤੋਂ ਲਾਈਵ ਸ਼ੁਰੂ ਆ ਜੀ ਮੇਰਾ ਵੀਰ 5 ਤੋਂ 13 ਤੱਕ ਪਹਿਲਾਂ ਕੁਆਲੀਫਾਈ ਮੈਚ ਚੱਲਦੇ ਪਏ ਆ ਅਤੇ 5 ਤੋਂ ਆਪਣਾ ਲਾਈਵ ਟੈਲੀਕਾਸਟ ਚੱਲ ਪੈਣਾ ਜੀ ਜੈਨ ਦੀ ਗਰਾਊਂਡ ਦੇ ਵਿੱਚ ਰਾਤ ਨੂੰ ਸ਼ਾਮ ਨੂੰ ਉੱਥੇ ਮਿਲਿਆ ਕਰਾਂਗੇ 7:30 ਵਜੇ ਉੱਥੇ ਕੰਮ ਹੋ ਜਾਣਾ ਸਟਾਰਟ ਅਤੇ ਲਓ ਜੀ ਰੈਫਰੀ ਦੀ ਲੰਬੀ ਵਿਸਲ ਦੇ ਨਾਲ ਮੈਚ ਸ਼ੁਰੂ ਹੋ ਚੁੱਕਿਆ ਜੀ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਵਰਸਿਸ ਜੇ ਐਸ ਟੀ ਅਕੈਡਮੀ ਕਹਿੰਦੇ ਦੋਨੇ ਟੀਮਾਂ ਫਗਵਾੜੇ ਦੀਆਂ ਟੀਮਾਂ ਖੇਡ ਰਹੀਆਂ ਨੇ ਕਹਿੰਦੇ ਹੈੱਡ ਮਿਸ ਹੋਈ ਆ ਕਟਾਈ ਗਈ ਆ ਅਤੇ ਅਟੈਕ 'ਤੇ ਆ ਮਤਲਬ ਜੇ ਐਸ ਟੀ ਅਕੈਡਮੀ ਦੀ ਟੀਮ ਮਤਲਬ ਡਰ ਵੀ ਆ ਅੱਜ ਪੂਰੀਆਂ ਰੌਣਕਾਂ ਲੱਗਣੀਆਂ ਨੇ ਪੂਰੀਆਂ ਰੌਣਕਾਂ ਲੱਗਣੀਆਂ ਨੇ ਟਰਾਈ ਲਈ ਗਈ ਆ ਅਤੇ ਮਿੱਤਰੋ ਇਹ ਪੈਂਦੇ ਸੱਟੇ ਪਤਾ ਲੱਗ ਗਿਆ ਵੀ ਮੈਚ ਕਿਹੋ ਜਿਹਾ ਹੋਣ ਵਾਲਾ ਕਿਹੋ ਜਿਹਾ ਹੋਣ ਵਾਲਾ ਕਰਨ ਵੱਲੋਂ ਬਹੁਤ ਵਧੀਆ ਸੇਵ ਕੀਤਾ ਗਿਆ ਇਹ ਕਹਿੰਦੇ ਮੈਚ ਦੇ ਸਟਾਰਟ ਹੁੰਦੇ ਆ ਪਤਾ ਲੱਗ ਗਿਆ ਵੀ ਅੱਜ ਫਗਵਾੜੇ ਦੀਆਂ ਦੋਨੇ ਟੀਮਾਂ ਭਿੜ ਰਹੀਆਂ ਨੇ ਇੱਕ ਟੀਮ ਦੇ 4 ਮੈਚਾਂ ਦੇ ਵਿੱਚ 6 ਪੁਆਇੰਟ ਆ ਜੇ ਐਸ ਟੀ ਅਕੈਡਮੀ ਦੇ ਅਤੇ ਇੰਟਰਨੈਸ਼ਨਲ ਦੇ 4 ਮੈਚਾਂ ਦੇ ਵਿੱਚ 7 ਪੁਆਇੰਟ ਆ ਕੋਰਨਰ ਮਿਲੀ ਆ ਜੀ ਕੋਰਨਰ ਲਓ ਜੀ ਨੇਕਾ ਨੇਕਾ ਕਹਿੰਦੇ ਵੀ ਵੀਰ ਸਾਡਾ ਸੰਤੋਸ਼ ਟਰੋਫੀ ਖੇਡ ਕੇ ਆਇਆ ਪਿਛਲੇ ਸਾਲ ਅੱਜ ਕਹਿੰਦੇ ਪ੍ਰਦੀਪ ਸਿੰਘ ਦੀਪਾ ਭਾਅ ਜੀ ਬਿਲਗੇ ਵਾਲੇ ਕੋਚ ਨੇ ਦੂਸਰੇ ਪਾਸੇ ਕੁਲਦੀਪ ਸਿੰਘ ਦੀਪ ਭਾਅ ਜੀ ਕਹਿੰਦੇ
क्लीयर 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 की गई है तो फाउल दिता गया जी लाइनसमैन वालों गोरा साड़ा वीर पलिया वाला जी। मैच ड्रा हों का पॉइंट एक एक मिलता है जी, बिनते दो पॉइंट देंगे जी, नहीं दो नहीं तीन होंगे जी बिनते अंकल जी। उधर फिर अटैक तो एक बार जे एस टी अकैडमी माइनस पेंदे सट्टे मित्रों, मिनट हजे डेढ़े होया तो हला लला करवा दी जे एस टी अकैडमी ने, तो थोड़ा जिहा गेम के आना पैना इंटरनेशनल की टीम को। नहीं जे ड्रॉ रहा तो एक पॉइंट है जी, जे टीम जितती है तो तीन पॉइंट आ। करमी मानसा कहते करमी मानसा उधर खेलता स्टॉपर मुंडा, तो दोनों टीम अपना पिछला पिछला मैच लूज करके आईया ने। इंटरनेशनल की टीम पंजाब पुलिस ने लूज की एक गोल से, तो दूसरे पास जे एस टी अकैडमी की टीम लूज करके की वाई एफ सी मालपुर एक गोल से। उधर कहते नवी नवी वालों पास खेली गई आ, तो उधर जादू आ मतलब नौ नंबर की जर्सी के, उधर ईश्वर या कोथरा वाला घूमया रोहित को लभ्या गया है, नेका 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 लो जी जादू मिस पास हो गया। हाँ जी जी बिल्कुल जी, इक्ट ग्राउंड प्रैक्टिस कर दी ने कहते, तो मैं जिम्मे अगे भी जिक्र किया फिर ज़्यादा इंट्रस्ट हों कि टीम बेस्ट आ कि टीम वजी खेडती है तो कि टीम तीन पॉइंट लैके जाती है। डरबी आ मित्रों डरबी, क्योंकि एक जगत सिंह पलाही की टीम है वह भी फगवाड़े की टीम है, वह भी खेलती है पंजाब लीग जे एस टी अकैडमी, उन्होंने अपना मैच जित गई सी। उधर मन्ना है डांडिया वाला मन्ना स्टार्ट कर रहा, पिछले मैच के सैकंड हाफ के खेडिया पंजाब पुलिस नाल, पर आते ने मुंडे ने गेम बदलती थी दूसरे हाफ के। उधर मन्ना डांडिया वालों बांटू बांटू ईश्वर पर कहते क्लीयर की गई आ, उधर कहते स्टॉपर 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 जी क्लीयर की गई है करन वालों फुटबॉल। उधर नेका आ नेका जादू नाल बांटू पर कहते करमी खड़ा मानसे वाला लीड है नहीं आ दई हरमन बैग चो कढ़ी बार में। लाइक 36 हो नहीं, लाइक भी जरूर कर दिया करो मेरा भी लाइव में। ਲਓ ਜੀ ਜਾਦੂ ਲਈ ਫੁੱਟਬਾਲ ਖੇਡੀ ਗਈ ਆ, ਲਓ ਜੀ ਫਿਰ ਇੱਕ ਵਾਰ ਅਟੈਕ ਤੇ ਆ ਜੇ ਐਸ ਟੀ ਅਕੈਡਮੀ ਦੀ ਟੀਮ ਮਾਈਨਸ ਜਾਦੂ ਆ ਜਾਦੂ ਸਿਆ ਇੱਥੇ ਫੁੱਟਬਾਲ ਟਰੈਪ ਕਰ ਲੈਂਦਾ ਖਤਰਾ ਬਣ ਜਾਣਾ ਸੀਗਾ ਕਿਉਂਕਿ ਸਟਾਪਰ ਬੀਟ ਸੀਗੇ ਟਰੈਪ ਕਰਕੇ ਟਰਾਈ ਲੈਂਦਾ ਤਾਂ ਗੱਲਬਾਤ ਹੋਰ ਹੋ ਜਾਣੀ ਸੀਗੀ। ਅਤੇ ਲਓ ਜੀ ਕਹਿੰਦੇ ਜੇ ਐਸ ਟੀ ਅਕੈਡਮੀ ਦੀ ਟੀਮ ਨੇ ਥੋੜ੍ਹਾ ਜਿਹਾ ਹੈਵੀ ਖੇਡ ਰਹੀ ਆ, ਆਪਾਂ ਖੇਡ ਰਹੀ ਆ ਇੰਟਰਨੈਸ਼ਨਲ ਦੇ ਨਾਲੋਂ ਕਿਉਂਕਿ ਦੋਨੇ ਟੀਮਾਂ ਦੇ ਵਿੱਚ ਯੰਗ ਪਲੇਅਰ ਖੇਡਦੇ ਆ। ਕਮਲਜੀਤ ਸਿੰਘ ਲਓ ਜੀ ਰੋਹਿਤ ਆ ਰੋਹਿਤ ਮੁੰਡਾ ਲਓ ਜੀ ਮਿਸ ਪਾਸ ਹੋ ਗਿਆ, ਮਿਸ ਪਾਸ ਨੇਕਾ ਘੁੰਮਿਆ ਉੱਧਰ ਨੇਕੇ ਵੱਲੋਂ ਪਾਸ ਖੇਡੀ ਗਈ ਸੀ ਮਿਸ ਪਾਸ ਹੋ ਗਿਆ ਫਿਰ ਇੱਕ ਵਾਰ। ਲਓ ਜੀ ਕਾਰਨ ਵੱਲੋਂ ਪਾਸ ਮੰਨਾ ਡਾਂਡੀਆਂ ਵਾਲਾ ਲਓ ਜੀ ਜਪ ਨਾਮ ਵੱਲੋਂ ਕਲੀਅਰ ਕੀਤੀ ਗਈ ਆ, ਅਤੇ ਮੈਚ ਵਿੱਚ ਪੂਰਾ ਰੋਮਾਂਚਕ ਬਣਿਆ ਪਿਆ, ਪੂਰੀ ਹਲਾ ਹੋ ਰਹੀ ਆ। ਰੈਫਰੀ ਵੱਲੋਂ ਕਹਿੰਦੇ ਜਾਦੂ ਨੂੰ ਬੁਲਾਇਆ ਗਿਆ ਮਤਲਬ ਵਾਰਨਿੰਗ ਦਿੱਤੀ ਗਈ ਆ। ਬੈਸਟ ਆਫ ਲੱਕ ਨਵੀਂ ਵੀਰ ਆਈ ਐਫ ਸੀ ਕਮਲਜੀਤ ਸਿੰਘ। ਭਾਅ ਜੀ ਕਿੱਦਾਂ ਜੀ ਵਧੀਆ ਵਧੀਆ ਚੜ੍ਹਦੀ ਕਲਾ ਭਾਅ ਜੀ ਰਾਜਨ ਲੋਈ ਸਾਡਾ ਵੀਰ। ਅਤੇ ਲਓ ਜੀ ਕਹਿੰਦੇ ਫੁੱਟਬਾਲ ਅਜੇ ਇੰਨਾ ਹੀ ਆ, ਅਤੇ ਥਰੋ ਦਾ ਇਸ਼ਾਰਾ ਕਹਿੰਦੇ ਇੰਟਰਨੈਸ਼ਨਲ ਦੀ ਟੀਮ ਨੂੰ ਥਰੋ ਮਿਲੀ ਆ। ਪ੍ਰਾਈਜ਼ ਕਿੰਨਾ ਹੁੰਦਾ ਲੀਗ ਵਿਨਰ ਦਾ? ਪ੍ਰਾਈਜ਼ ਮੇਰਾ ਵੀਰ ਇਸ ਸਾਲ 1 ਲੱਖ ਰੁਪਈਆ ਜੀ, ਜਿਹੜੀ ਟੀਮ ਲੀਗ ਜਿੱਤਦੀ ਆ।
1,00,000 रुपया दिता जाना आ, चार बेस्ट प्लेयर कढ़े जाने जिन्हों 10,000 रुपया दिता जाना। जसपिंदर लई इधर करमी आ मानसे वाला, उधर कहिंदे मिस पास हो गया, उधर नेका आया, नेका कहिंदे इहदी मुंडा संतोष ट्रॉफी खेल के आया पिछले साल। गोलकीपर ले फुटबॉल खेडी गई है उधर, 40 साड़ा भीर स्टॉपर खेड रहा 5 नंबर की जर्सी के बेच। लो जी बहुत वधिया जादू वलों चैसट ते ट्रैप करके फुटबॉल खेडी गई आ, ते अटैक ते आ जीएसटी अकैडमी एक बार फिर चांस, पर कहिंदे गोलकीपर वलों फुटबॉल कलैक्ट की गई आ, कारण मुंडा खेडदा गोलकीपर। लो जी करनी आ 6 नंबर की जर्सी दे विच, लो जी ईश्वर खोतड़ा वाला पिछले मैच दे विच बहुत सोहनी गेम खेडी ईश्वर ने भी, पंजाब पुलिस के नाल मैच उधर रोंग पास हो गया, उधर जादू आ 1-2 1-2 1-2। लो जी रुपेश वालों पास रोहित लिए खेडी गई है, उधर रोहित नाल कहिंदे जाली आ 5 नंबर की जर्सी विच, रोहित वालों माइनस की गई आ, मन्ना डांडियां वाला, हाय 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 हाय। ਜੀ ਬਹੁਤ ਵਧੀਆ ਮੈਚ ਦੇਖਣ ਨੂੰ ਮਿਲ ਰਿਹਾ, ਅਤੇ ਮਿੰਟ ਆ ਜੀ 8-9 ਕਈ ਹੋਏ ਆ, ਬਹੁਤ ਵਧੀਆ ਮੈਚ ਚੱਲ ਰਿਹਾ। ਡਰ ਵੀ ਆ ਮਤਲਬ ਦੋਨੇ ਟੀਮਾਂ ਫਗਵਾੜੇ ਦੀਆਂ ਨੇ, ਇੱਕੋ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਦੇ ਆ ਮੁੰਡੇ। ਉੱਧਰ ਮੰਨਾ ਆ ਮੰਨਾ ਡਾਂਡੀਆਂ ਵੱਲੋਂ ਈਸ਼ਵਰ ਖੋਥੜਾ, ਈਸ਼ਵਰ ਵੱਲੋਂ ਟਰਾਈ, ਪਰ ਕਹਿੰਦੇ ਆਫ ਟਾਰਗੇਟ ਆ। ਪ੍ਰਾਈਜ਼ ਕਿੰਨਾ ਹੁੰਦਾ ਲੋਕ ਵਿਨਰ ਦਾ, ਮੈਂ ਦੱਸਿਆ ਤਾਂ ਹੈ ਮੇਰਾ ਭਰਾ 1,00,000 ਰੁਪਈਆ ਇਸ ਵਾਰ। ਲਓ ਜੀ ਜਾਦੂ ਆ ਜੀ, ਉੱਧਰ ਜਾਦੂ ਵੀ ਕਹਿੰਦੇ ਮੁੰਡਾ ਸੰਤੋਸ਼ ਟਰੋਫੀ ਖੇਲ ਕੇ ਆਇਆ ਪਿਛਲੇ ਸਾਲ, ਜਾਦੂ ਨੇਕਾ ਕਹਿੰਦੇ ਟੱਚ ਪਰ ਕਹਿੰਦੇ ਕਰਨੀ ਕੋਲ ਫੁੱਟਬਾਲ ਆ ਜੀ, ਕਰਨੀ ਵੱਲੋਂ ਪਾਸ ਖੇਡੀ ਗਈ ਆ ਈਸ਼ਵਰ ਦੇ ਲਈ, ਟੈਕਲ। ਲਓ ਜੀ ਉੱਧਰ ਟਰਨ ਕੀਤਾ, ਪਾਸ ਆਏ, ਹਾਏ ਹਾਏ ਹਾਏ, ਰੋਂਗ ਪਾਸ ਹੋ ਗਿਆ। ਮਿਲਾਨ ਡਰਬੀ, ਫਗਵਾੜਾ ਡਰਬੀ, ਬਿਲਕੁਲ ਜੀ ਬਿਲਕੁਲ, ਇਹ ਫਗਵਾੜਾ ਡਰਬੀ ਆ ਜੀ। ਉੱਧਰ ਕਲਕੱਤਾ ਡਰਬੀ ਵੀ ਹੁਣ ਜਾ ਰਹੀ ਆ, ਈਸਟ ਬੰਗਾਲ ਅਤੇ ਮੋਹਨ ਬੰਗਾਲ ਦੀਆਂ ਟੀਮਾਂ ਡੂਰਨ ਕੱਪ ਦੇ ਫਾਈਨਲ ਮੈਚ ਦੇ ਵਿੱਚ ਭਿੜ ਰਹੀਆਂ ਨੇ ਇੱਕ ਵਾਰ ਫਿਰ। ਫਗਵਾੜਾ ਡਰਬੀ ਚੱਲ ਰਹੀ ਆ ਜੀ, ਜਦੋਂ ਇੱਕੋ ਸਿਟੀ ਦੀਆਂ ਦੋ ਟੀਮਾਂ ਖੇਡਦੀਆਂ ਨੂੰ ਡਰਬੀ ਕਹਿੰਦੇ ਆ, ਜਿਵੇਂ ਪ੍ਰੀਮੀਅਰ ਲੀਗ ਦੇ ਵਿੱਚ ਮੈਨਚੈਸਟਰ ਸਿਟੀ ਦੇ ਮੈਨਚੈਸਟਰ ਯੂਨਾਈਟਡ ਖੇਡਦੇ ਆ, ਅਤੇ ਉੱਧਰ ਇਟਲੀ ਦੇ ਵਿੱਚ ਏਸੀ ਮਿਲਾਨ ਅਤੇ ਇੰਟਰ ਮਿਲਾਨ ਦੀਆਂ ਟੀਮਾਂ ਜਦੋਂ ਖੇਡਦੀਆਂ। ਉਹ ਵੀ ਕਹਿੰਦੇ ਜਾਦੂ ਇੱਕ ਵਾਰ ਅਟੈਕ 'ਤੇ ਆ, ਫਿਰ 9 ਨੰਬਰ ਦੀ ਜਰਸੀ ਦੇ ਵਿੱਚ ਚਾਹ ਨਹੀਂ ਪੀਣੀ ਬਾਜੀ, ਪੀਣੀ ਨਾ ਦੇ। ਲਓ ਜੀ ਅਟੈਕ 'ਤੇ ਇੱਕ ਵਾਰ ਫਿਰ, ਪਰ ਟੈਕਲ ਹਜੇ ਅੰਦਰ ਹੀ ਆ, ਮਤਲਬ ਫੁੱਟਬਾਲ ਮਾਈਨਸ ਕੀਤੀ ਗਈ ਆ। ਉੱਧਰ ਮੰਨਾ ਆ ਮੰਨਾ ਡਾਂਡੀਆਂ ਵਾਲਾ,
ਪਾਸ ਪਰ ਸਟਾਪਰ ਵੱਲੋਂ ਕਹਿੰਦੇ ਫਾਉਲ ਆ, ਬਿਲਕੁਲ ਫਾਉਲ ਆ ਇਹ। ਪਰਮਿੰਦਰ ਸਿੰਘ ਬਿਲਕੁਲ, ਇਹ ਤਾਂ ਹੁਣ ਪਤਾ ਨਹੀਂ, ਨਹੀਂ ਦਊਗੇ ਜੀ ਦਊਗੇ। ਪੈਂਟ ਸ਼ਰਟ ਪਹਿਲਾਂ ਹੁੰਦੀ ਸੀਗੀ, ਹੁਣ ਤਾਂ ਹੈਗਾ ਜੀ ਪ੍ਰਾਈਜ਼। ਜੀ ਟੱਚ 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 ਕਰ ਰਹੀ ਆ ਜੀ ਐਸਟੀ ਅਕੈਡਮੀ ਦੀ ਟੀਮ। ਗੜਸ਼ੰਕਰ ਦਾ ਮੈਚ ਮੇਰਾ ਵੀਰ ਹੁਣ 4 ਤਰੀਕ ਨੂੰ ਆ ਜੀ ਦੁਆਬਾ ਆਦਮਪੁਰ ਦੇ ਨਾਲ ਗੜਸ਼ੰਕਰ ਦੀ ਗਰਾਊਂਡ ਦੇ ਵਿੱਚ। ਉੱਧਰ ਕਰਨੀ ਵੱਲੋਂ ਕਲੀਅਰ ਕੀਤੀ ਗਈ ਆ, ਉੱਧਰ ਜਾਲੀ ਆ ਮਤਲਬ 5 ਨੰਬਰ ਦੀ ਜਰਸੀ ਦੇ ਵਿੱਚ। ਗੜਸ਼ੰਕਰ ਦਾ ਮੈਚ ਹੁਣ ਹੋਊਗਾ ਜੀ 4 ਤਰੀਕ ਨੂੰ, ਅਤੇ ਇਸ ਤੋਂ ਬਾਅਦ ਮੈਚ ਹੋਣਾ ਜੀ ਇੰਟਰਨੈਸ਼ਨਲ ਦਾ 5 ਤਰੀਕ ਨੂੰ CRPF ਨਾਲ। ਉੱਧਰ ਨੇਕਾ ਆ ਇਸ ਪਾਸ ਕਰ ਗਿਆ ਈਸ਼ਵਰ ਵੱਲੋਂ, ਰੋਹਿਤ ਆ ਉੱਧਰ, ਰੋਹਿਤ ਵੱਲੋਂ ਪਾਸ ਖੇਡੀ ਗਈ ਆ, ਚਾਂਸ ਬਣਿਆ ਟਰਾਈ, ਕਹਿੰਦੇ ਗੋਲਕੀਪਰ ਸੇਵ ਕਰ ਗਿਆ, ਬਹੁਤ ਵਧੀਆ ਟਰਾਈ ਲਈ ਗਈ ਸੀ ਨਵੀਂ ਵੱਲੋਂ। ਈਸ਼ਵਰ 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 ਆ ਖੋਥਣ ਵਾਲਾ ਈਸ਼ਵਰ, ਰੋਹਿਤ ਰੋਹਿਤ ਰੋਹਿਤ, ਆਏ ਹਾਏ 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 ਹਾਏ, ਕਹਿੰਦੇ ਉੱਧਰ ਮੰਨਾ ਕਹਿੰਦੇ ਹਲੱਲਾ ਹੋਈ ਪਈ ਆ, ਮਤਲਬ ਮੈਚ ਦੇ ਵਿੱਚ ਨਜ਼ਾਰਾ ਵੱਜਾ ਪਿਆ, ਦਰਸ਼ਕ ਵੀ ਪੂਰਾ ਆਨੰਦ ਮਾਣ ਰਹੇ ਆ ਮੈਚ ਦਾ। ਉੱਧਰ ਅਟੈਕ 'ਤੇ ਗਈ ਆ JST ਅਕੈਡਮੀ ਦੀ ਟੀਮ ਵੀ, ਲਓ ਜੀ ਕਹਿੰਦੇ ਮੁੰਡਾ ਕਲੀਅਰ ਕੀਤੀ ਗਈ ਆ ਜੀ ਫੁੱਟਬਾਲ। ਪੰਜਾਬ ਲੀਗ ਦਾ ਫਾਈਨਲ ਮੈਚ ਕਿੱਥੇ ਹੋਣਾ ਜੀ? ਇਹ ਨਹੀਂ ਮੇਰਾ ਵੀਰ ਹਜੇ ਪਤਾ ਜੀ ਫਾਈਨਲ ਮੈਚ ਕਿੱਥੇ ਹੋਣਾ, ਕਦੋਂ ਹੋਣਾ। ਫਾਈਨਲ ਮੈਚ ਮੈਨੂੰ ਲੱਗਦਾ ਲੀਗ ਦੇ ਅਕੋਰਡਿੰਗ ਹੋਣੇ ਆ, ਜਿਹੜੀ ਟੀਮ ਪੁਆਇੰਟਾਂ ਦੇ ਅਕੋਰਡਿੰਗ, ਜਿਹੜੀ ਟੀਮ ਪੁਆਇੰਟ ਜਿਹਦੇ ਜ਼ਿਆਦਾ ਹੋਏ ਉਹ ਜਿੱਤ ਜਾਣੀ ਆ। ਛੇ ਪੁਆਇੰਟ ਆ 4 ਮੈਚਾਂ ਦੇ ਵਿੱਚ JST ਅਕੈਡਮੀ ਦੇ, 7 ਪੁਆਇੰਟ ਆ ਇੰਟਰਨੈਸ਼ਨਲ ਦੇ। ਨੇਕਾ ਨੇਕੇ ਵੱਲੋਂ 1-2 ਪਰ ਕਹਿੰਦੇ ਜਪ ਨਾਮ ਵੱਲੋਂ ਕਲੀਅਰ ਕੀਤੀ ਗਈ ਆ। ਉੱਧਰ ਫੁੱਟਬਾਲ ਫਿਰ ਇੱਕ ਵਾਰ JST ਅਕੈਡਮੀ ਦੇ ਕੋਲ ਆ, ਉੱਧਰ ਜਾਦੂ ਆ ਨਾਲ ਕਹਿੰਦੇ ਕਰਮੀ ਮਾਨਸੇ ਵਾਲਾ, ਪਰ ਗੋਲਕੀਪਰ ਆ ਜੀ, ਗੋਲਕੀਪਰ ਵੱਲੋਂ ਕਲੈਕਟ ਕੀਤੀ ਗਈ ਆ ਫੁੱਟਬਾਲ। ਉੱਧਰ ਈਸ਼ਵਰ ਦੇ ਲਈ ਫੁੱਟਬਾਲ ਖੇਡੀ ਗਈ ਆ, ਚੱਲ ਵੀ ਈਸ਼ਵਰ ਸਿੰਘ ਪਿਛਲੇ ਮੈਚ ਦੇ ਵਿੱਚ ਪੁਲਿਸ ਵਾਲੇ ਮੈਚ ਦੇ ਵਿੱਚ ਬਹੁਤ ਵਧੀਆ ਖੇਡਿਆ। ਉੱਧਰ ਰੋਹਿਤ ਵੀ ਕਹਿੰਦੇ ਅਟੈਕ 'ਤੇ ਜਾਂਦਾ ਹੋਇਆ, ਰੋਹਿਤ 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 ਵੱਲੋਂ ਟਰਾਈ ਲਈ ਗਈ ਆ, ਇਹ ਰੋਹਿਤ ਆ ਕਹਿੰਦੇ ਮੁੰਡਾ, ਰੋਹਿਤ ਆ ਸਰਾ ਕਰਾ ਗਿਆ, ਸਰਾ ਕਰਾ ਗਿਆ, ਅਤੇ ਬਹੁਤ ਵਧੀਆ ਗੋਲ ਕੀਤਾ ਗਿਆ ਜੀ ਰੋਹਿਤ ਵੱਲੋਂ ਡ੍ਰਿਬਲ ਕਰਕੇ। ਕਹਿੰਦੇ ਗੋਲਕੀਪਰ ਦੇ ਕੋਲ ਕੋਈ ਚਾਂਸ ਨਹੀਂ ਸੇਵ ਕਰਨ ਦਾ, ਅਤੇ ਸਕੋਰ ਕਹਿੰਦੇ 1-0 ਦਾ, ਇੰਟਰਨੈਸ਼ਨਲ ਦੀ ਟੀਮ ਨੇ 1 ਗੋਲ ਦੀ ਲੀਡ ਲੈ ਲਈ ਆ। ਰੋਹਿਤ ਵੱਲੋਂ ਗੋਲ ਕੀਤਾ ਗਿਆ ਬਹੁਤ ਸ਼ਾਨਦਾਰ। ਗੁਰਮੇਲ ਸਿੰਘ ਗੋਲ ਜੀ, ਗੋਲ ਬਿਲਕੁਲ ਜੀ ਬਿਲਕੁਲ, ਸਿਰਾ ਗੋਲ ਕਰ ਗਿਆ ਜੀ ਮੁੰਡਾ ਰੋਹਿਤ, ਸਟ੍ਰਾਈਕਰ ਖੇਡਦਾ ਇੰਟਰਨੈਸ਼ਨਲ ਦੀ ਟੀਮ ਦੇ ਵਿੱਚ, ਅਤੇ 1 ਗੋਲ ਦੀ ਲੀਡ ਲੈ ਲਈ ਆ। ਮਿੰਟ ਕਹਿੰਦੇ ਹਜੇ 15 ਦੀ ਖੇਡ ਹੋਈ ਆ, ਅਤੇ ਸਕੋਰ ਕਹਿੰਦੇ 1-0 ਦਾ ਹੋ ਗਿਆ, ਅਤੇ ਹਜੇ ਰੋਮਾਂਚਕ ਹੋਰ ਬਾਕੀ ਆ ਜੀ, ਹਜੇ ਰੋਮਾਂਚ ਹੋਰ ਬਾਕੀ ਆ ਮੈਚ ਦੇ ਵਿੱਚ, ਗੋਲ ਦੇਖਣ ਨੂੰ ਮਿਲੂਗੇ ਹੋਰ ਵੀ, ਕਿਉਂਕਿ ਟਾਈਮ ਅਜੇ ਬਹੁਤ ਆ, ਮਤਲਬ 15 ਮਿੰਟ ਹੋਏ ਆ ਹਜੇ ਤਾਂ, 45 ਦਾ ਟਾਈਮ ਆ, ਇੱਥੇ ਤਾਂ 3-3 ਗੋਲ ਵੀ ਲੈ ਜਾਂਦੇ ਆ। ਲਓ ਜੀ ਕਹਿੰਦੇ ਟੱਚ ਟੱਚ ਟੱਚ, JST ਅਕੈਡਮੀ ਇੰਟਰਨੈਸ਼ਨਲ ਦੀ ਟੀਮ ਨੇ ਲੀਡ ਲੈ ਲਈ ਹੈ। ਰੋਹਿਤ ਵੱਲੋਂ ਬਹੁਤ ਵਧੀਆ ਗੋਲ ਕੀਤਾ ਗਿਆ, ਬਹੁਤ ਵਧੀਆ ਮੂਵ ਬਣਾ ਕੇ, ਈਸ਼ਵਰ ਵੱਲੋਂ ਪਾਸ ਖੇਡੀ ਗਈ ਸੀ, ਅਤੇ ਮੁੜ ਕੇ ਫਿਰ ਰੋਹਿਤ ਨੇ ਵੀ ਕਹਿੰਦੇ ਕੋਈ ਮਿਸਟੇਕ ਨਹੀਂ ਕੀਤੀ ਡ੍ਰਿਬਲ ਕਰਕੇ। ਗੋਲਕੀਪਰ ਕੋਲ ਵੀ ਕੋਈ ਚਾਂਸ ਨਹੀਂ, ਉੱਧਰ ਕਰਮੀ ਮਾਨਸੇ ਵਾਲਾ ਜੀ, ਈਸ਼ਵਰ ਆ ਸਾਡਾ ਵੀਰ, ਇਹ ਵੀ ਤੱਕ ਪਾਉਂਦਾ, ਇਹ ਵੀ ਸਿਰਾ ਪਲੇਅਰ ਆ। ਲਓ ਜੀ ਮੰਨੇ ਲਈ ਪਾਸ ਖੇਡੀ ਗਈ ਆ, ਮੰਨਾ ਡਾਂਡੀਆਂ ਵਾਲਾ, ਮੰਨਾ
ਆਏ ਹਾਏ 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 ਰੋਹਿਤ ਨਾਲ ਵਨ ਟੂ ਬਣਾਉਣ ਦੀ ਟਰਾਈ ਕੀਤੀ ਸੀ ਲਓ ਜੀ ਆਏ ਹਾਏ ਹਾਏ ਵਨ ਟੂ ਬਣਾ ਕੇ ਜਾਦੂ ਵੱਲੋਂ ਨੇਕੇ ਦੇ ਨਾਲ ਗਗਨ ਹਾਂਜੀ ਗਗਨ ਮੁੰਡਾ ਵਧੀਆ ਡਿਫੈਂਸ ਕਰਦਾ ਜੀ ਗਗਨ ਆ ਕਰਮੀ ਆ ਜਪਨਾ ਆ ਮੁੰਡਾ ਜਸਪਿੰਦਰ ਆ ਉੱਧਰ ਸੱਟ ਵੱਜੀ ਆ ਜੀ ਪਲੇਅਰ ਦੇ ਮੈਚ ਰੋਕ ਕੇ ਆ ਗਿਆ ਅਜੇ ਵਾਟਰ ਬਰੇਕ ਨਹੀਂ ਹੋਈ ਹੈਗੀ ਵਾਟਰ ਬਰੇਕ ਹੋਊਗੀ 26 ਜਾਂ 27 ਮਿੰਟ 'ਤੇ ਪਰ ਹਜੇ ਵੀ ਆਪਣੇ ਕੋਲ ਟਾਈਮ ਹੈਗਾ ਮੁੰਡੇ ਪਲੇਅਰ ਲਾਪਾ ਪਾਣੀ ਪੂਣੀ ਪੀਣ ਅਤੇ ਉੱਧਰ ਸੱਟ ਵੱਜੀ ਆ ਈਸ਼ਵਰ ਦੇ ਉੱਧਰ ਇੰਜਰੀ ਹੋਈ ਆ ਜੀ ਈਸ਼ਵਰ ਦੇ ਜੀ ਸਟ੍ਰੈਚਰ 'ਤੇ ਲਿਆਂਦਾ ਗਿਆ ਲਓ ਜੀ ਸਟ੍ਰੈਚਰ ਵਾਲੇ ਸਾਡੇ ਵੀਰ ਲਓ ਜੀ ਮੈਚ ਸਟਾਰਟ ਕੀਤਾ ਗਿਆ ਗੋਲਕੀਪਰ ਦੇ ਕੋਲ ਬੋਲ ਸੀ ਗੋਲਕੀਪਰ ਕੋਲ ਦਿੱਤੀ ਗਈ ਆ ਬੋਲ ਗੁੱਡ ਰੋਹਿਤ ਲਓ ਜੀ ਜਾਲੀ ਜਾਲੀ ਵੱਲੋਂ ਪਾਸ ਨੇਕੇ ਦੇ ਲਈ ਨੇਕੇ ਵੱਲੋਂ ਜਾਦੂ ਲਈ ਫੁੱਟਬਾਲ ਖੇਡੀ ਗਈ ਆ ਜਾਦੂ ਵੱਲੋਂ ਰਾਈਟ ਹਾਫ ਬੈਕ ਲਈ ਫੁੱਟਬਾਲ ਖੇਡੀ ਗਈ ਆ ਅਤੇ ਟੱਚ 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 ਇੰਟਰਨੈਸ਼ਨਲ ਦੀ ਟੀਮ ਨੇ ਇੱਕ ਗੋਲ ਦੀ ਲੀਡ ਲੈ ਲਈ ਆ ਇਹੀ ਟੈਕਟ ਸੂਗਾ ਵੀ ਉਹਨਾਂ ਦੇ ਸੈਂਟਰ ਦੇ ਵਿੱਚ ਆਪਾਂ ਟੈਕਲ ਕਰਨ ਘੱਟ ਜਾਈਏ ਉੱਧਰ ਈਸ਼ਵਰ ਮਿੱਤਰੋ ਫਿਰ ਗਰਾਊਂਡ ਦੇ ਵਿੱਚ ਆ ਵੜਿਆ ਅਤੇ ਮੁੰਡਾ ਆਉਂਦੇ ਨੇ ਫੁੱਟਬਾਲ ਜਿੱਤੀ ਆ ਉੱਧਰ ਰੋਹਿਤ ਆ ਨੌ ਜੀ ਉੱਧਰ ਫਿਰ ਇੱਕ ਵਾਰ ਹੈੱਡ ਲਈ ਗਈ ਸੀਗੀ ਨਵੀਂ ਵੱਲੋਂ ਹੈਲੋ ਹਾਂਜੀ ਸਰ ਜੀ ਕਮਲ ਬੋਲਦਾ ਸੀਗਾ ਜੀ ਨਹੀਂ ਨਹੀਂ ਕਮਲ ਹੀ ਆ ਸਰ ਜੀ ਹਾਂਜੀ ਅੱਛਾ ਇੱਕ ਇੱਕ ਬਰਾਬਰ ਵਨ ਵਨ ਹੋ ਗਿਆ ਜੀ ਠੀਕ ਹੈ ਸਰ ਜੀ ਅਤੇ ਲਓ ਜੀ ਉੱਧਰ ਮਾਲਪੁਰ ਅਤੇ ਆਦਮਪੁਰ ਦਾ ਵੀ ਮੈਚ ਚੱਲ ਰਿਹਾ ਦੁਆਬੇ ਦਾ ਉਹਦੇ ਵਿੱਚ ਵੀ ਇੱਕ ਇੱਕ ਗੋਲ ਬਰਾਬਰ ਚੱਲ ਰਿਹਾ ਉਹਦੀ ਵੀ ਅਪਡੇਟ ਆਪਣੇ ਕੋਲ ਪਹੁੰਚ ਗਈ ਆ ਜੀ ਉੱਧਰ ਪ੍ਰਿੰਸੀਪਲ ਹਰਭਜਨ ਸਪੋਰਟਿੰਗ ਕਲੱਬ ਮਾਹਲਪੁਰ ਵਰਸਸ ਦੁਆਬਾ ਫੁੱਟਬਾਲ ਕਲੱਬ ਆਦਮਪੁਰ ਦੀਆਂ ਟੀਮਾਂ ਦੇ ਵਿਚਕਾਰ ਮੈਚ ਚੱਲ ਰਿਹਾ ਇੱਕ ਗੋਲ ਬਰਾਬਰ ਚੱਲ ਰਿਹਾ ਉੱਧਰ ਵੀ ਮੈਚ ਉੱਧਰ ਨੇਕੇ ਕੋਲ ਫੁੱਟਬਾਲ ਆ ਜੀ ਲਓ ਜੀ ਅਟੈਕ 'ਤੇ ਆ ਫਿਰ ਇੱਕ ਵਾਰ ਲਓ ਜੀ ਕਲੀਅਰ ਕਲੀਅਰ ਕੀਤੀ ਗਈ ਆ ਫੁੱਟਬਾਲ ਭਾਜੀ ਕਿੱਧਰ ਮੈਚ ਚੱਲਦੇ ਜੀ ਇਹ ਪਜੌੜੇ ਪਿੰਡ ਦੇ ਵਿੱਚ ਗਰਾਊਂਡ ਮੈਚ ਚੱਲ ਰਿਹਾ ਜੀ ਪੰਜਾਬ ਸੁਪਰ ਫੁੱਟਬਾਲ ਲੀਗ ਚੱਲਦੀ ਆ ਪੰਜਾਬ ਲੀਗ ਜਿਹਦੇ ਵਿੱਚ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਵਰਸੇ JSD ਅਕੈਡਮੀ ਦੀਆਂ ਟੀਮਾਂ ਖੇਡ ਰਹੀਆਂ ਦੋਨੇ ਟੀਮਾਂ ਫਗਵਾੜੇ ਦੀਆਂ ਨੇ ਉੱਧਰ ਈਸ਼ਵਰ ਨੇ ਇੱਕ ਵਾਰ ਫਿਰ ਟਰਨ ਕੀਤੀ ਆ ਰੋਹਿਤ ਦੇ ਨਾਲ ਵਨ ਟੂ ਰੋਹਿਤ 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 ਪਰ ਰੈਫਰੀ ਵੱਲੋਂ ਕਹਿੰਦੇ ਪਲੇ ਆਨ ਦਾ ਇਸ਼ਾਰਾ ਆ ਕਿਉਂਕਿ ਇਹ ਟੈਕਲ ਜਿਹੜਾ ਫੁੱਟਬਾਲ ਦੇ ਉੱਪਰ ਹੋਇਆ ਇੰਨੀ ਸਮੂਥਲੀ ਪੈਨਲਟੀ ਨਹੀਂ ਹੁੰਦੀ ਜੇਕਰ ਬੀਟ ਐਨ ਕੀਤਾ ਹੁੰਦਾ ਫਿਰ ਗੱਲ ਬਣ ਜਾਣੀ ਸੀ ਕਿਉਂਕਿ ਫੁੱਟਬਾਲ ਸਟੋਪਰ ਦਾ ਵੀ ਬੋਲ ਦੇ ਉੱਪਰ ਹੀ ਟੈਕਲ ਹੋਇਆ ਲਓ ਜੀ ਇਹ ਵੀ ਰੋਹਿਤ ਅਤੇ ਈਸ਼ਵਰ ਵੀ ਮੂਹਰੇ ਖਤਰਾ ਹੀ ਆ ਦੋਨੇ ਹੀ ਜਾਣੇ ਇਹਨਾਂ ਦੇ ਪੈਰਾਂ 'ਚ ਵੀ ਜਦੋਂ ਫੁੱਟਬਾਲ ਆਉਂਦਾ ਵੀ ਗੋਲਾਂ ਨੂੰ ਲੰਬ ਪਾਉਂਦੇ ਆ ਲਓ ਜੀ ਜਾਲੀ ਆ ਉੱਧਰ ਉੱਧਰ ਕਹਿੰਦੇ ਪੁਸ਼ਪਿੰਦਰ ਵੱਲੋਂ ਇੱਥੇ ਆ ਡੇਕਾਂ ਆਉਂਦੀਆਂ ਇੱਧਰ ਆਪਣੇ ਕੋਲ ਲਓ ਜੀ ਕਰਮੀ ਆ ਮਾਨਸੇ ਵਾਲਾ ਲਓ ਜੀ ਪਾਸ ਕਰਨੀ ਮੰਨਾ ਆ ਮੰਨਾ ਡਾਂਡੀਆਂ ਵਾਲਾ ਲਓ ਜੀ ਕ
ਕਰਮੀ ਵੱਲੋਂ ਕਲੀਅਰ ਕੀਤੀ ਗਈ ਆ ਫੁੱਟਬਾਲ। ਲਓ ਜੀ ਕਰਨੀ ਨੇ ਟਰਨ ਕੀਤਾ ਫੁੱਟਬਾਲ, ਨਵੀ ਆ ਨਵੀ ਉੱਧਰ ਕਹਿੰਦੇ ਨਵੀ ਵੱਲੋਂ ਪਾਸ ਈਸ਼ਵਰ ਦੇ ਲਈ, ਈਸ਼ਵਰ 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 ਵੱਲੋਂ ਟਰਾਈ ਲਈ ਗਈ ਆ ਪਰ ਕਹਿੰਦੇ ਆਫ ਟਾਰਗੇਟ। ਹਾਂਜੀ ਉੱਧਰ ਤਾਂ ਵੀ ਸ਼ੁਰੂ ਹੋਇਆ ਮੇਰਾ ਵੀਰ, 4 ਵਜੇ ਇੱਧਰ ਸ਼ੁਰੂ ਹੋਇਆ ਅਤੇ 4 ਵਜੇ ਉੱਧਰ ਸ਼ੁਰੂ ਹੋਇਆ, ਅਤੇ ਸਾਰੇ ਮੈਚ 4 ਵਜੇ ਕਿੱਕ ਆਫ ਹੁੰਦੀ ਆ। ਉੱਧਰ ਵੀ ਮੇਰਾ ਵੀਰ ਉੱਧਰ ਵੀ 22 ਮਿੰਟ ਹੋਏ ਆ ਅਤੇ ਇੱਧਰ ਵੀ 22 ਮਿੰਟ ਹੋਏ ਆ। ਉੱਧਰ ਰੋਹਿਤ ਇੱਕ ਵਾਰ ਫਿਰ ਨਿਕਲ ਗਿਆ, ਉੱਧਰ ਰੋਹਿਤ ਆ ਓਏ ਹੋਏ 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 ਕਹਿੰਦੇ ਬਹੁਤ ਵਧੀਆ ਟਰਾਈ ਅਤੇ ਪੋਸਟ ਦੇ ਵਿੱਚ ਜਾ ਵਜੀ ਫੁੱਟਬਾਲ, 1-1 ਹੋ ਗਿਆ ਸੀਗਾ ਇੱਕ ਵਾਰ ਫਿਰ, ਅਤੇ ਸਿਰਫ ਫਰੇਮ ਦੇ ਵਿੱਚ ਰੱਖਣੀ ਸੀਗੀ ਰੋਹਿਤ ਸਿੰਘ, ਰੋਹਿਤ ਵੱਲੋਂ ਟਰਾਈ ਵੀ ਲਈ ਗਈ ਸੀ। ਲਓ ਜੀ ਇੰਟਰਨੈਸ਼ਨਲ ਦੀ ਟੀਮ ਮਿੱਤਰੋ ਕਾਊਂਟਰ 'ਤੇ ਜਾਂਦੀ ਆ ਅਤੇ ਕਾਊਂਟਰ ਦਾ ਖਤਰਾ ਪੂਰਾ ਕ੍ਰੀਏਟ ਕਰਕੇ ਆਉਂਦੀ ਆ, ਚਾਂਸ ਵਧੀਆ। ਲਓ ਜਾਦੂ ਆ ਜਾਦੂ ਉੱਧਰ ਜੇਐਸਟੀ ਅਕੈਡਮੀ ਵਾਲਾ। ਲਓ ਜੀ ਪਾਸ ਪਰ ਕਹਿੰਦੇ ਵੇਸਟ ਆ, ਇਹ ਵੇਸਟ ਆ। ਹਾਂਜੀ ਹਾਂਜੀ ਪਜੌੜਾ ਵਿਲੇਜ ਆ ਜੀ। ਅਮਨ ਪੱਡੂ ਨੇ ਕਮਲ ਭਰਾ ਫੋਨ ਕਰੀ ਜਾਂਦੇ ਕੰਮ ਸੀ, ਇੱਕ ਮੈਂ ਭਰਾ ਬਾਅਦ 'ਚ ਕਰਦਾ ਮੇਰਾ ਵੀਰ, ਕਿਉਂਕਿ ਲਾਈਵ ਤੋਂ ਬਾਅਦ ਹੋ ਕੇ ਮੇਰਾ ਵੀਰ ਮੈਂ ਜ਼ਰੂਰ ਆਫ ਟਾਈਮ 'ਚ ਕਾਲ ਕਰਦਾ ਮੇਰਾ ਵੀਰ। ਲਓ ਜੀ ਉੱਧਰ ਮਹਿੰਦਰਜੀਤ ਕੋਚ ਸਾਹਿਬ ਵੀ ਕਹਿੰਦੇ ਨਵੇਂ ਸ਼ਹਿਰ ਵਾਲੇ ਅੱਜ ਸਾਡੇ ਕੋਲ ਪਹੁੰਚੇ ਆ ਜੀ, ਕੋਚ ਸਾਹਿਬ ਦੇ ਵੀ ਦਰਸ਼ਨ ਬੜੇ ਸਾਲਾਂ ਬਾਅਦ ਹੋਏ ਆ ਮਹਿੰਦਰਜੀਤ ਸਿੰਘ ਕੋਚ ਸਾਹਿਬ। ਉੱਧਰ ਇੱਕ ਵਾਰ ਫਿਰ ਅਟੈਕ 'ਤੇ ਆ ਟੀਮ ਪਰ ਮਾਈਨਸ 'ਤੇ ਕੋਈ ਨਹੀਂ, ਰੋਹਿਤ ਸਿੰਘ ਇੱਥੇ ਸਿਰਫ ਇੱਕ ਟੱਚ ਆ ਅਤੇ ਗੋਲ ਆ, ਨਵੀਂ ਵੱਲੋਂ ਮਾਈਨਸ ਕੀਤੀ ਗਈ ਸੀ। ਮੰਨਾ ਆ ਮੰਨਾ ਡਾਂਡੀਆਂ ਵੱਲੋਂ ਪਾਸ ਖੇਡੀ ਗਈ ਆ। ਲਓ ਜੀ ਟੱਚ 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 ਮੰਨਾ ਮੰਨਾ ਮੰਨਾ, ਇਹ ਵੀ ਮੰਨਾ ਵੀ ਕਹਿੰਦੇ ਸਾਲਕ ਦੇ ਵਿੱਚ ਮੁੰਡੇ ਨੇ ਪੂਰਾ ਨਾਂ ਬਣਾ ਲਿਆ, ਪੂਰਾ ਇੰਪਰੂਵ ਕੀਤਾ ਆ। ਡਾਂਡੀਆਂ ਤੋਂ ਪਹਿਲਾਂ ਕਹਿੰਦੇ ਸਾਬੂ ਦੇ ਨਾਂ ਨਾਲ ਡਾਂਡੀਆਂ ਮਸ਼ਹੂਰ ਸੀਗਾ, ਵੀ ਹੁਣ ਡਾਂਡੀਆਂ ਨਾਲ ਮੁੰਡਾ ਸਾਬੂ ਖੇਡਦਾ ਪੁਲਿਸ ਦੇ ਵਿੱਚ, ਹੁਣ ਮੰਨਾ ਵੀ ਕਹਿੰਦੇ ਪੂਰੀ ਅੱਤ ਕਰਾਉਂਦਾ। ਇਹ ਵੀ ਪਹਿਲਾਂ ਆਲਰੇਡੀ ਆਲ ਓਪਨਾਂ 'ਤੇ ਬੁਕਿੰਗ ਹੁੰਦੀ ਆ, ਮੰਨੇ ਦੀ ਵੀ ਤੋਂ ਰੁਪੇਸ਼ ਦੇ ਉੱਪਰ ਫਾਊਲ ਕੀਤਾ ਗਿਆ ਸਟੋਪਰ ਵੱਲੋਂ। ਮੈਂ ਕਰਦਾ ਅਮਨ ਭਾਅ ਜੀ ਮੈਂ ਮਾੜਾ ਜਿਹਾ ਲਾਇਆ ਹਾਫ ਟਾਈਮ ਦੇ ਵਿੱਚ ਕਰਦਾ ਮੇਰਾ ਵੀਰ, ਕਿਉਂਕਿ ਫਿਰ ਇੱਧਰ ਜਦੋਂ ਫੋਨ ਦੇ ਉੱਪਰ ਫਿਰ ਧਿਆਨ ਥੋੜ੍ਹਾ ਜਿਹਾ ਉੱਧਰ ਨੂੰ ਚੱਲ ਜਾਂਦਾ ਹੈ। ਮੈਂ ਹਾਫ ਟਾਈਮ ਦੇ ਵਿੱਚ ਕਰਦਾ ਅਮਨ ਭਾਅ, ਉੱਧਰ ਫਿਰ ਇੱਕ ਵਾਰ ਚਾਂਸ ਕਹਿੰਦੇ ਅਤੇ ਫਾਊਲ ਆ, ਬਿਲਕੁਲ ਫਾਊਲ ਆ ਗੋਲਕੀਪਰ ਦੇ ਉੱਪਰ ਔਰ ਰੋਹਿਤ ਵੱਲੋਂ ਕਹਿੰਦੇ। ਨਵੇਂ ਸ਼ਹਿਰ ਤੋਂ ਮਹਿੰਦਰਜੀਤ ਸਿੰਘ ਜੀ ਕੋਸਾ ਵੀ ਪਹੁੰਚਿਆ ਸਾਡੇ ਕੋਲ, ਅਤੇ ਨਾਲ ਇੱਕ ਹੋਰ ਕੋਚ ਨੇ, ਮੇ ਵੀ ਉਹਨਾਂ ਦਾ ਮੈਂ ਨਾਂ ਨਹੀਂ ਜਾਣਦਾ, ਸ਼ਾਇਦ ਜੁਗਲ ਕਿਸ਼ੋਰ ਜੀ ਨੇ। ਲਓ ਜੀ ਉੱਧਰ ਮਿਸ ਪਾਸ ਕੀਤਾ ਗਿਆ, ਨਵੀ ਆ ਉੱਧਰ ਨਵੀ ਵੱਲੋਂ ਟਰਾਈ ਪਰ ਕਹਿੰਦੇ ਕੋਰਨਰ ਮਿਲੂਗੀ ਜੀ ਕੋਰਨਰ। ਹੈਲੋ
पहले हाफ की खेड चल रही है तो स्कोर कहते 1-0 की लीड ले ली है इंटरनेशनल फुटबॉल क्लब फगवाड़े की टीम ने रोहित वालों गोल किया गया 15वें मिनट के छब्बी मिनट की खेड हो गई है अटैक 7 नंबर की जर्सी मुंडा देसी अकैडमी टीम एक गोल से लूज कर रही है इंटरनेशनल की टीम एक गोल से जीत रही है उधर जादू आ पर गोलकीपर मित्रों कारण आ कहते इंटरनेशनल फुटबॉल क्लब फगवाड़े की टीम के खेडता क्योंकि पेंदे सट्टे मुंडे ने बहुत वधिया सेव किया कॉन्फिडेंस अप हो जाता जदों ता ही कोचों वालों कहा जाता बई जिहड़े अपना पहला टच है अपना पहला पास है उन्हूं परफेक्ट कर लो उन्हूं सही कर लो सौखा खेलो उहदे नाल कॉन्फिडेंस आ जाता है प्लेयर दे विच जदों पहला टच रोंग पास हो जाता फिर बंदा प्लेयर प्रैशर दे विच रहिंदा आ फिर जो 2-3 पास रोंग हो जाते हैं फिर प्लेयर फुटबॉल तो दूर जान लग पाता भी इदा सोचता भी मेरे को फुटबॉल कट्ठा ही आए इसलिए कोचों वालों कहा जाता भी जो अपना पहला टच है पहला पास है उन्होंने सही करो इस तरह गोलकीपर भी पेंदे सट्टे बहुत वधिया सेव किया मुंडे ने तो उस तो बाद हम पूरा कॉन्फिडेंस नाल खेड रहा तो बाहर निकल निकल के फुटबॉल पूरे कलैक्ट कर रहा उधर कहते पास 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 रोहित यार रोहित कहते रोहित उधर अज के मैच का स्कोरर 7 नंबर की जर्सी वाधा होया उधर जादू जादू सट मारदा शूट खुल गया मैं लगता लो जी उधर सट सट बजी है जी सट ਨੇਕੇ ਵੱਲੋਂ ਕਹਿੰਦੇ ਕਲੀਅਰ ਕੀਤੀ ਗਈ ਆ ਅਤੇ ਫੁੱਟਬਾਲ ਥਰੋ ਆ ਜੀ ਥਰੋ ਉੱਤੇ माइनस पर कहते कोई भी प्लेयर नहीं है उधर वाटर ब्रेक की गई है जी वाटर ब्रेक हुई है दोनों टीमों को क्योंकि गर्मी बहुत ज़्यादा आ तो एक गोल की लीड ली हुई है जे एस टी अकैडमी वालों चेंज की जाऊगी प्लेयर की वाटर ब्रेक हुई है जी वाटर ब्रेक ਉਹਨਾਂ ਦੇ ਪੁਆਇੰਟ ਟੇਬਲ ਵੀ ਵਟਸਐਪ ਦਿਖਾ ਦਿਆ ਕਰੋ ਜੀ ਪੁਆਇੰਟ ਦਾ ਮੈਚ ਬੈਂਚ ਕਰੋ ਪਤਾ ਲਾਇਆ ਕਰੋ ਜੀ ਰੋਜ਼ ਇਹ ਅੰਕਲ ਜੀ ਟੇਬਲ ਅਪ ਡਾਊਨ ਹੁੰਦਾ ਰਹਿੰਦਾ ਆ ਕਿਉਂਕਿ ਕਦੀ ਕੋਈ ਟੀਮ ਜਿੱਤ ਜਾਂਦੀ ਆ ਉਹ ਉੱਪਰ ਆ ਜਾਂਦੀ ਆ ਕਦੀ ਕੋਈ ਜਿੱਤ ਜਾਂਦੀ ਆ ਉਹ ਉੱਪਰ ਆ ਜਾਂਦੀ ਆ ਕਿਉਂਕਿ ਇਕੱਠੇ 3-3 ਮੈਚ ਚੱਲਦੇ ਆ ਉਹਨਾਂ ਦੇ ਉੱਧਰ ਇੰਟਰ ਆਪਣਾ ਹਰਭਜਨ ਸਪੋਰਟਿੰਗ ਕਲੱਬ ਦਾ ਮੈਚ ਚੱਲ ਰਿਹਾ ਆਦਮਪੁਰ ਦੇ ਨਾਲ ਉਹ ਵੀ 1-1 ਗੋਲ ਡਰਾ ਆ ਅਤੇ ਪੁਆਇੰਟ ਟੇਬਲ ਆ ਹਲੇ 4-4 ਮੈਚ ਨੇ 10-10 12-10-10 8-8 10-10 ਮੈਚ ਹੋਊਗਾ ਫਿਰ ਜਦੋਂ ਪੁਆਇੰਟਾਂ ਦੇ ਵਿੱਚ ਫਰਕ ਪੈਣਾ ਫਿਰ ਪੁਆਇੰਟ ਟੇਬਲ ਦਾ ਪਤਾ ਲੱਗੂਗਾ ਵੀ ਕਿਹੜੀ ਟੀਮ ਉੱਪਰ ਆ ਫਿਲਹਾਲ ਹੁਣ ਤਾਂ ਪੋਰਟਸ ਦੀ ਟੀਮ ਉੱਪਰ ਚੱਲ ਰਹੀ ਆ 9 ਪੁਆਇੰਟ ਹੋ ਗਏ ਉਹਨਾਂ ਦੇ ਅਤੇ ਜੇ ਅੱਜ ਇੰਟਰਨੈਸ਼ਨਲ ਜਿੱਤ ਗਈ ਤਾਂ ਅੱਜ ਇੰਟਰਨੈਸ਼ਨਲ ਉੱਪਰ ਚੱਲ ਜਾਣੀਆਂ 10 ਪੁਆਇੰਟ ਹੋ ਜਾਣੇ ਇਹਨਾਂ ਦੇ ਮੈਂ ਕਿੱਦਾਂ ਪਰ ਸਿੰਮੇ ਹੁਣੀ ਪਹੁੰਚ ਗਏ ਲਕਸੀਆਂ ਵਾਲੇ ਇਹ ਵੀ ਨਹੀਂ ਮੈਚ ਛੱਡਦੇ ਕਿਤੇ ਮਾਲਪੁਰ ਹੋਵੇ ਪਜੌੜੇ ਹੋਵੇ ਜੀ ਪਹੁੰਚ ਹੀ ਜਾਂਦੇ ਆ ਫੁੱਟਬਾਲ ਦੇ ਸ਼ਕੀਨ ਨੇ
ਫਿਰ ਮੰਨਾ ਆ ਮੰਨਾ ਡਾਂਡੀਆਂ ਵਾਲਾ ਮੰਨਾ ਪਾਸ ਰੋਹਿਤ ਲਈ ਖੇਡੀ ਗਈ ਆ ਰੋਹਿਤ 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 ਪਹਿਲਾਂ ਵੀ ਇੱਥੋਂ ਕੇ ਭਰਾਈ ਸੀ ਰੋਹਿਤ ਨੇ ਪਰ ਗੋਲਕੀਪਰ ਕਹਿੰਦਾ ਇਸ ਵਾਰ ਗਲਤੀ ਨਹੀਂ ਕੋਈ ਵੀ ਕਰਨੀ ਜਿਹੜੀ ਲੀਡ ਆ ਇਹਨੂੰ ਡਬਲ ਨਹੀਂ ਹੋਣ ਦੇਣਾ ਨੇਕਾ 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 ਵੱਲੋਂ ਪਾਸ ਖੇਡੀ ਗਈ ਸੀ ਜੀ ਜਪ ਨਾਮ ਆ ਉੱਧਰ ਕਹਿੰਦੇ ਲੈਫਟ ਫੁੱਲ ਬੈਕ ਖੇਡਦਾ ਸਰਦਾਰ 12 ਨੰਬਰ ਦੀ ਜਰਸੀ ਦੇ ਵਿੱਚ ਪਾਸ 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 ਲੈ ਮੰਨਾ 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 ਮੰਨੇ ਵੱਲੋਂ ਫਿਰ ਪਾਸ ਜਪ ਨਾਮ ਲਈ ਪਰ ਕਹਿੰਦੇ ਕਲੀਅਰ ਸਟੋਪਰ ਜੀ ਥਰੋ ਮਿਲੂਗੀ ਜੀ ਥਰੋ ਇੰਟਰਨੈਸ਼ਨਲ ਦੀ ਟੀਮ ਨੇ ਈਸ਼ਵਰ ਆ ਉੱਧਰ ਈਸ਼ਵਰ ਕੋਥੜਾ ਵੱਲੋਂ ਪਾਸ ਖੇਡੀ ਗਈ ਆ ਨਵੀਂ ਨੂੰ ਲੱਭਿਆ ਗਿਆ ਰੋਹਿਤ ਕੋਲ ਫੁੱਟਬਾਲ ਆਈ ਆ ਹਾਏ 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 ਹਾਂਜੀ ਬਾਲੀ ਬਾਲੀ ਮਾਰੀ ਗਈ ਸੀ ਪਰ ਆਫ ਟਾਰਗੇਟ ਪਹਿਲੇ ਹਾਫ ਦੀ ਖੇਡ ਚੱਲ ਰਹੀ ਆ ਅਤੇ ਸਕੋਰ ਕਹਿੰਦੇ ਇੰਟਰਨੈਸ਼ਨਲ ਦੀ ਟੀਮ ਵੱਲੋਂ ਇੱਕ ਗੋਲ ਦੀ ਲੀਡ ਲਈ ਹੋਈ ਆ ਦੋਨੇ ਟੀਮਾਂ ਪਿਛਲਾ ਮੈਚ ਲੂਜ਼ ਕੀਤੀਆਂ ਸੀਗੀਆਂ JST ਅਕੈਡਮੀ ਹਾਰੀ ਸੀਗੀ YFC ਮਾਲਪੁਰ ਨੂੰ ਇੰਟਰਨੈਸ਼ਨਲ ਦੀ ਟੀਮ ਹਾਰੀ ਸੀਗੀ ਜੀ ਪੰਜਾਬ ਪੁਲਿਸ ਨੂੰ ਪਰ ਦੂਸਰੇ ਹਾਫ ਦੇ ਵਿੱਚ ਪੂਰੀ ਅੱਤ ਕਰਵਾਈ ਸੀ ਮੁੰਡਿਆਂ ਨੇ ਜਿੱਤਾਂ ਹਾਰਾਂ ਪਾਰਟ ਆਫ ਗੇਮ ਨੇ ਆਪਣੀਆਂ ਕਹਿੰਦੇ ਜਿਹੜੀਆਂ ਮਿਸਟੇਕਾਂ ਹੋਈਆਂ ਉਹਨਾਂ ਤੋਂ ਸਿੱਖ ਕੇ ਦੁਬਾਰਾ ਫਿਰ ਗਰਾਊਂਡ ਦੇ ਵਿੱਚ ਦੋਨੇ ਟੀਮਾਂ ਪਹੁੰਚੀਆਂ ਨੇ ਅਤੇ ਇੰਟਰਨੈਸ਼ਨਲ ਦੀ ਟੀਮ ਨੇ ਇੱਕ ਗੋਲ ਦੀ ਲੀਡ ਲੈ ਲਈ ਆ ਰੋਹਿਤ ਵੱਲੋਂ ਗੋਲ ਕੀਤਾ ਗਿਆ ਇਸ ਮੈਚ ਦੇ ਵਿੱਚ ਉੱਧਰ ਕਹਿੰਦੇ ਜਸਪਿੰਦਰ ਆ ਈਸ਼ਵਰ ਲਈ ਪਾਸ ਖੇਡੀ ਗਈ ਆ ਜਸਪਿੰਦਰ ਸਿੰਘ ਚੱਲ ਤੂੰ ਵੀ ਰੁਪੇਸ਼ ਖੜਾ ਓਵਰਲੈਪ ਲਈ ਪਰ ਕਰਨੀ ਆ ਜੀ ਕਰਨੀ ਕਹਿੰਦੇ 6 ਨੰਬਰ ਦੀ ਜਰਸੀ ਦੇ ਵਿੱਚ ਮੰਨੇ ਲਈ ਪਾਸ ਖੇਡੀ ਗਈ ਆ ਉੱਧਰ ਜਪ ਨਾਮ ਲਈ ਫੁੱਟਬਾਲ ਖੇਡੀ ਗਈ ਮੰਨੇ ਵੱਲੋਂ ਟੱਚ 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 ਕਰ ਰਹੀ ਆ ਜੀ ਟੀਮ ਉੱਧਰ ਈਸ਼ਵਰ ਆ ਈਸ਼ਵਰ ਈਸ਼ਵਰ ਲਓ ਜੀ ਨਵੀਂ ਲਈ ਫੁੱਟਬਾਲ ਖੇਡੀ ਸੀ ਪਰ ਝੰਡੀ ਆਫ ਸਾਈਡ ਦੀ ਖੜ ਗਈ ਆ ਜੀ ਝੰਡੀ ਆਫ ਸਾਈਡ ਦੀ ਖੜ ਗਈ ਆ ਫਿਰ ਅਟੈਕ 'ਤੇ ਆ ਰਾਈਟ ਹਾਫ ਬੈਕ ਵੱਲੋਂ ਪਾਸ ਖੇਡੀ ਗਈ ਆ ਅਤੇ ਮਾਈਨਸ ਕੀਤੀ ਗਈ ਆ ਲਓ ਜੀ ਚਾਂਸ ਬਣ ਗਿਆ ਚਾਂਸ ਅਤੇ ਕਹਿੰਦੇ ਬਰਾਬਰੀ ਕਰ ਗਈ ਆ ਮਿੱਤਰੋ JST ਅਕੈਡਮੀ ਦੀ ਟੀਮ ਬਰਾਬਰੀ ਕਰ ਗਈ ਆ ਬਹੁਤ ਵਧੀਆ ਗੋਲ ਕੀਤਾ ਗਿਆ ਇੱਕ ਇੱਕ ਗੋਲ ਦੀ ਬਰਾਬਰੀ 'ਤੇ ਹੋ ਗਈਆਂ ਦੋਨੇ ਟੀਮਾਂ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਵੀ ਹਜੇ ਮੈਚ ਦੇ ਵਿੱਚ ਕੁਛ ਵੀ ਹੋ ਸਕਦਾ ਕੁਛ ਵੀ ਹੋ ਸਕਦਾ ਇੱਕ ਇੱਕ ਗੋਲ ਬਰਾਬਰ ਹੋ ਗਿਆ ਜੀ ਇੱਕ ਇੱਕ ਗੋਲ ਬਰਾਬਰ ਬਹੁਤ ਵਧੀਆ ਮੈਚ ਦੇਖਣ ਨੂੰ ਮਿਲ ਰਿਹਾ ਅਤੇ ਨਜ਼ਾਰਾ ਆਇਆ ਪਿਆ ਮੈਚ ਦੇ ਵਿੱਚ ਇੱਕ ਇੱਕ ਗੋਲ ਦੀ ਬਰਾਬਰੀ ਤਾਂ ਹੋ ਗਈਆਂ ਦੋਨੇ ਟੀਮਾਂ ਬਸ ਭਾਈ ਜੀ ਗੁੱਡ ਗੋਲ ਜੀ ਬਿਲਕੁਲ ਜੀ ਬਿਲਕੁਲ ਡਿਫੈਂਡਰ ਡਿਫੈਂਡਰ ਕ੍ਰੋਸ ਦੇ ਉੱਪਰ ਸਾਰੇ ਬੀਟ ਹੋ ਗਏ ਫੁੱਲ ਬੈਗ ਵੀ ਬੀਟ ਹੋ ਗਿਆ ਉੱਥੇ ਤਾਂ ਮਤਲਬ ਨਿਗਾਹ 'ਚ ਰੱਖਣਾ ਪੈਣਾ ਪਲੇਅਰ ਕਿੱਥੇ ਗਿਆ ਅਤੇ ਬਾਲ ਬੋਆਏ ਨਹੀਂ ਕਹਿੰਦੇ ਦਿਸ ਰਿਹਾ ਫੁੱਟਬਾਲ ਆਪੇ ਹੀ ਚੱਕ ਰਹੇ ਆ ਗੋਲਕੀਪਰ ਲੈ
ਬਿਲਕੁਲ ਜੀ ਬਿਲਕੁਲ ਦੀਪੇ ਭਾਈ ਦਾ ਗੁੱਸਾ ਵੀ ਜਾਇਜ਼ ਆ ਕਿਉਂਕਿ ਬਾਲ ਬੋਏ ਤਾਂ ਕਹਿੰਦੇ ਹੈ ਨਹੀਂ ਗਏ ਅਤੇ ਫੁੱਟਬਾਲ ਗੋਲਕੀਪਰ ਨੂੰ ਚੱਕਣਾ ਜਾ ਰਿਹਾ ਲਓ ਜੀ ਇੱਕ ਇੱਕ ਦੀ ਬਰਾਬਰੀ ਤਾਂ ਹੋ ਗਈਆਂ ਦੋਨੇ ਟੀਮਾਂ ਅਤੇ ਕ੍ਰੋਸ ਕੀਤੀ ਗਈ ਸੀ ਫੁੱਲ ਬੈਕ ਸਟੋਪਰ ਸਾਰੇ ਬੀਟ ਹੋ ਗਏ ਮੁੰਡੇ ਵੱਲੋਂ ਟ੍ਰੈਪ ਕਰਕੇ ਗੋਲ ਕੀਤਾ ਗਿਆ ਮੁੰਡਾ 13 ਨੰਬਰ ਦੀ ਜਰਸੀ 'ਚ ਖੇਡਦਾ ਸਟਰਾਈਕਰ ਜਿਹਦੇ ਵੱਲੋਂ ਗੋਲ ਕੀਤਾ ਗਿਆ ਉੱਧਰ ਮੰਨਾ ਡਾਂਡੀਆਂ ਵਾਲਾ ਟਰਨ ਕੀਤੀ ਆ ਜਪਨਾਮ ਆ ਜਪਨਾਮ ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਮਿੱਤਰੋ ਫੁੱਟਬਾਲ ਆ ਕੁਛ ਵੀ ਹੋ ਸਕਦਾ ਟਾਈਮ ਅਜੇ ਬਹੁਤ ਪਿਆ ਮਿੱਤਰੋ ਉੱਧਰ ਪਲੇ ਆਉਣ ਦਾ ਇਸ਼ਾਰਾ ਅਤੇ ਫਾਊਲ ਹੋਊਗਾ ਪਹਿਲਾਂ ਰੈਫਰੀ ਵੱਲੋਂ ਐਡਵਾਂਟੇਜ ਦਿੱਤਾ ਜਾਂਦਾ ਪਲੇਅਰ ਨੂੰ ਪਰ ਉਸ ਤੋਂ ਬਾਅਦ ਮਿਸ ਹੋ ਗਿਆ ਅਤੇ ਫਾਊਲ ਦਿੱਤਾ ਗਿਆ ਗੁੱਡ ਗੋਲ ਜੀ ਗੁੱਡ ਗੋਲ ਬਿਲਕੁਲ ਜੀ ਬਹੁਤ ਵਧੀਆ ਗੋਲ ਕੀਤਾ ਗਿਆ ਜੀ ਇੱਕ ਗੋਲ ਦੀ ਬਰਾਬਰੀ 'ਤੇ ਆ ਗਈਆਂ ਦੋਨੇ ਟੀਮਾਂ ਬ੍ਰਹਮਾਨਾ ਆ ਡਾਂਡੀਆਂ ਵਾਲਾ ਜੀ ਕਦੇ ਬ੍ਰਹਮਾਨਾ ਆ ਡਾਂਡੀਆਂ ਵਾਲਾ ਫ੍ਰੀ ਕਿੱਕ ਦੇ ਲਈ ਚਾਂਸ ਪਰ ਕਹਿੰਦੇ ਕਲੀਅਰ ਕੀਤੀ ਗਈ ਆ ਅਤੇ ਆਫ ਸਾਈਡ ਦੀ ਝੰਡੀ ਖੜ ਗਈ ਆ ਮਿੱਤਰੋ ਆਫ ਸਾਈਡ ਦੀ ਗੂਰਾ ਸਾਡਾ ਵੀਰ ਪੱਲੀਆਂ ਵਾਲਾ ਅਸਿਸਟੈਂਟ ਰੈਫਰੀ ਆ ਅਤੇ ਇੱਕ ਸਾਡਾ ਸੁੱਖਾ ਸਾਡਾ ਵੀਰ ਦਸਾਂਝਾਂ ਵਾਲਾ ਸੈਂਟਰ ਰੈਫਰੀ ਆ 37 ਸਾਡਾ ਵੀਰ ਜਿੰਦੇਵਾਲ ਉੱਧਰ ਜਾਦੂ 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 ਘੁੰਮਿਆ ਪਰ ਕਹਿੰਦੇ ਜਪ ਨਾਮ ਵੱਲੋਂ ਕਲੀਅਰ ਕੀਤੀ ਗਈ ਆ ਫੁੱਟਬਾਲ ਜੀ ਅਟੈਕ 'ਤੇ ਆ ਉੱਧਰ ਈਸ਼ਵਰ ਵੱਲੋਂ ਪਾਸ ਰੋਹਿਤ ਨੂੰ ਲੱਭਿਆ ਗਿਆ ਸੀ ਲਓ ਜੀ ਆਇਆ ਰੁਪੇਸ਼ ਸਿੰਘ ਟਰੈਪ ਨਹੀਂ ਹੋਇਆ ਲਓ ਜੀ ਰੁਪਿੰਦਰ 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 ਜਾਂਦਾ ਹੋਇਆ ਅਟੈਕ ਦੇ ਉੱਪਰ ਰੁਪੇਸ਼ ਮਾਈਨਸ ਪਰ ਕਹਿੰਦੇ ਆਫ ਟਾਰਗੇਟ ਹੋ ਗਿਆ ਫੁੱਟਬਾਲ ਇੱਕ ਇੱਕ ਗੋਲ ਦੀ ਬਰਾਬਰੀ 'ਤੇ ਆ ਗਈਆਂ ਦੋਨੇ ਟੀਮਾਂ ਪਹਿਲਾਂ ਇੰਟਰਨੈਸ਼ਨਲ ਵੱਲੋਂ ਲੀਡ ਲਈ ਗਈ ਸੀ ਉਸ ਤੋਂ ਬਾਅਦ ਕਹਿੰਦੇ 13 ਨੰਬਰ ਦੀ ਜਰਸੀ 'ਚ ਮੁੰਡਾ ਖੇਡਦਾ ਜਿਹਦੇ ਵੱਲੋਂ ਗੋਲ ਬਰਾਬਰ ਕੀਤਾ ਗਿਆ ਈਸ਼ਵਰ ਪਰ ਕਹਿੰਦੇ ਫੁੱਟਬਾਲ ਜਿੱਤੀ ਆ ਜਾਲੀ ਵੱਲੋਂ ਮੰਨਾ ਮੰਨਾ ਡਾਂਡੀਆਂ ਵਾਲਾ ਟੱਚ 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 ਕਰ ਰਿਹਾ ਉੱਧਰ ਮੰਨਾ ਡਾਂਡੀਆਂ ਵਾਲਾ ਲਓ ਜੀ ਜਪਨਾਮ ਗਿਆ ਕ੍ਰੋਸ ਦੇ ਉੱਪਰ ਜਪਨਾਮ ਵੱਲੋਂ ਮਾਈਨਸ ਕੀਤੀ ਗਈ ਆ ਈਸ਼ਵਰ 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 ਖੋਥਰਾਂ ਵਾਲਾ ਲਓ ਜੀ ਰੁਪੇਸ਼ 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 ਜਪ ਨਾਮ ਕੋਲ ਫੁੱਟਬਾਲ ਆਈ ਆ ਮੰਨਾ ਮੰਨਾ ਡਾਂਡੀਆਂ ਵਾਲਾ
एक एक बराबर हो गया जी, एक एक बराबर दोनों टीम एक एक गोल की बराबरी से आ गई ने। पहला इंटरनेशनल वालों लीड ली गई सी, उस तो बाद JST अकैडमी वालों गोल बराबर किया गया। फिर अटैक ते आ 13 नंबर दी जर्सी वालों जिहदे वालों गोल किया गया मुंडे वालों। ट्राई 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 ट्राई, ट्राई कहते कारनर वालों बहुत वधिया सेव किया गया मित्रों। ये खतरनाक हो जाता गोलकीपर जो मूहरे टप्पा पै जाता है, पर बहुत वधिया सेव। तो कॉर्नर मिलेगी जी JST अकैडमी टीम नू। एक एक गोल बराबर है जी, एक एक गोल बराबर। लो जी उधर हरदीप सिंह, दीपा भाजी, गिल भाजी पहुंच चुके हैं जी ग्राउंड के मैच देखने के लिए। उधर गोलकीपर कारण क्लीयर की गई है कारनी वालों। भाजी ईश्वर है, ईश्वर खोथरा वाला जी। लैवे नवी सिंह बन गया चांस, पर फुटबॉल लंबा कर लिया, फुटबॉल लंबा मन्ना डांडिया वाला। उधर हरदीप सिंह, गिल, दीपा भाजी भी भगतूपर वाले पहुँच चुके हैं जी ग्राउंड के ओलंपियन जरनैल सिंह स्पोर्टिंग क्लब गढ़ शंकर के कोच साहबान। ਹਾਂਜੀ ਕਿੱਦਾਂ ਹਾਲ ਜੀ? ਉੱਧਰ ਲਓ ਜੀ ਜਾਦੂ ਆ ਨਾਲ ਕਹਿੰਦੇ ਫਾਊਲ ਆ, ਬਿਲਕੁਲ ਫਾਊਲ ਆ ਜਾਦੂ ਦਾ। ਲਓ ਜੀ ਪਹਿਲੇ ਹਾਫ ਦੀ ਖੇਡ ਚੱਲ ਰਹੀ ਆ, ਸਮਾਂ ਵੀ ਕਹਿੰਦੇ ਸਮਾਪਤ ਹੋਣ ਵਾਲਾ, ਇੰਜਰੀ ਟਾਈਮ ਵੀ ਨੋਟ ਕੀਤਾ ਜਾ ਰਿਹਾ, 2 ਮਿੰਟ ਦਿਖਾਏ ਜਾਊਗੇ। ਅਤੇ ਇੱਕ ਇੱਕ ਗੋਲ ਦੀ ਬਰਾਬਰੀ ਦੀ ਆ ਦੋਨੇ ਟੀਮਾਂ। ਫਾਊਲ ਕਹਿੰਦੇ ਈਸ਼ਵਰ ਦਾ ਫਾਊਲ। ਪਹਿਲੇ ਹਾਫ ਦੀ ਖੇਡ ਚੱਲ ਰਹੀ ਆ ਅਤੇ ਇੰਜਰੀ ਟਾਈਮ ਮਿੱਤਰੋ 2 ਮਿੰਟ ਦਿਖਾਇਆ ਜਾਣਾ, 2 ਮਿੰਟ ਰੈਫਰੀ ਸਾਹਿਬਾਨ ਵੱਲੋਂ। ਹਾਂਜੀ ਇੰਜਰੀ ਟਾਈਮ 2 ਮਿੰਟ ਦਿਖਾਇਆ ਗਿਆ ਫੋਰਥ ਅਫੀਸ਼ਲ ਵੱਲੋਂ, ਲਾਡੀ ਸਾਡਾ ਵੀਰ ਕੰਮੇ ਵਾਲਾ ਫੋਰਥ ਰੈਫਰੀ ਆ। ਉੱਧਰ ਝੰਡੀ ਖੜ ਗਈ ਆ ਮਿੱਤਰੋ ਅਸਿਸਟੈਂਟ ਰੈਫਰੀ ਦੀ, ਸੁੱਖਾ ਕਹਿੰਦੇ ਸਾਂਝਾਂ ਵਾਲਾ ਫਾਊਲ ਦਿੱਤਾ ਗਿਆ। ਜੀ ਫਰੀ ਕਿੱਕ ਮਿਲੀ ਆ ਨੇਕਾ ਕਹਿੰਦੇ JST ਅਕੈਡਮੀ ਵਾਲੇ ਵੱਲੋਂ ਲਗਾਈ ਜਾਊਗੀ। ਲਓ ਜੀ ਨੇਕਾ, ਲਓ ਜੀ ਟਰਾਈ। ਉੱਧਰ ਮੰਨਾ, ਮੰਨਾ ਡਾਂਡੀਆਂ ਵਾਲਾ ਮੰਨਾ, ਮੰਨਾ ਕਹਿੰਦੇ ਬਾਂਟੂ ਬਣਾ ਕੇ ਲੈ ਗਿਆ, ਲੈ ਭੁਲੇਖੇ ਨਾਲੇ ਗਿਆ। ਉੱਧਰ ਕਹਿੰਦੇ ਟੱਚ 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 ਕਹਿੰਦੇ ਲਓ ਜੀ ਥਰੋ, ਥਰੋ ਹੋਊਗੀ ਜੀ ਥਰੋ।
ਭਾਅ ਜੀ ਪੰਜਾਬ ਲੀਗ ਦਾ ਬੰਗਾ ਐਸ ਐਨ ਕਾਲਜ ਦਾ ਕਦੋਂ ਆ ਮੈਚ? ਐਸ ਐਨ ਕਾਲਜ ਬੰਗਿਆਂ ਦਾ ਮੈਚ, ਐਸ ਐਨ ਕਾਲਜ ਬੰਗਿਆਂ ਦਾ ਮੈਚ ਇੰਟਰਨੈਸ਼ਨਲ ਹੋਣਾ ਆ ਜੀ 9 ਤਰੀਕ ਨੂੰ ਤਜੌੜਾ ਦੀ ਗਰਾਊਂਡ ਦੇ ਵਿੱਚ। ਉੱਧਰ ਪ੍ਰਿੰਸੀਪਲ ਹਰਭਜਨ ਸਿੰਘ ਮਾਲਪੁਰ ਵਰਸ ਸਾਧਮਪੁਰ ਦਾ ਮੈਚ ਚੱਲ ਰਿਹਾ, ਇੱਕ ਗੋਲ ਬਰਾਬਰ ਚੱਲ ਰਿਹਾ। ਉੱਧਰ ਕਹਿੰਦੇ ਚਾਂਸ ਮੰਨਾ ਮਿਸ ਕਰ ਗਿਆ, ਮੰਨਿਆ ਇੱਥੇ ਫੋਰਸ ਨਹੀਂ, ਸਿਰਫ ਟਾਰਗੇਟ 'ਤੇ ਰੱਖਣਾ ਸੀਗਾ। ਅਤੇ ਲਓ ਜੀ ਇਹਦੇ ਨਾਲ ਹੀ ਹਾਫ ਟਾਈਮ ਦੀ ਖੇਡ ਹੋ ਗਈ ਆ ਅਤੇ ਦੋਨੇ ਟੀਮਾਂ ਇੱਕ ਗੋਲ ਦੀ ਬਰਾਬਰੀ 'ਤੇ ਨੇ। ਹਾਂਜੀ ਬਹੁਤ ਵਧੀਆ ਚਾਂਸ ਮੰਨੇ ਕੋਲ ਮਿਲਿਆ ਸੀ, ਮਿਸ ਕਰ ਗਿਆ। ਹਰਮਨ ਆ ਮੇਰਾ ਫੋਨ ਫੜਾਈ ਜਿਹੜਾ ਚੱਲਦਾ ਆ ਲਾਈਵ। ਜਸਵੀਰ ਸਿੰਘ ਜੀ ਰਸੌਂਦੇ ਦੁਰਗਾਪਿੰਡ ਤੋਂ ਕਨਾਡਾ ਤੋਂ ਬਹੁਤ ਸਾਰੀ ਸਹਾਇਤਾ ਇਹਨਾਂ ਤੋਂ ਸਾਨੂੰ ਪ੍ਰਾਪਤ ਹੁੰਦੀ ਹੈ ਜੀ। ਨਾਲ ਦੀ ਨਾਲ ਸੁਖਵਿੰਦਰ ਸਿੰਘ ਜੀ ਸੁਖੇ ਇੰਟਰਨੈਸ਼ਨਲ ਐਕਸ ਫੁੱਟਬਾਲ ਕੋਚ ਇੰਡੀਅਨ ਫੁੱਟਬਾਲ ਟੀਮ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਉਹਨਾਂ ਦੀ ਦੇਖ ਰੇਖ, ਉਹਨਾਂ ਦਾ ਸਲਾਹ ਮਸ਼ਵਰਾ ਹਮੇਸ਼ਾ ਸਾਡੇ ਨਾਲ ਹੈ ਜੀ। ਇੱਕ ਲੱਗੇ
ਸੀਗਾ ਭਾਜੀ ਜੀ ਹਾਫ ਟਾਈਮ ਦੀ ਖੇਡ ਹੋਈ ਆ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਪਹਿਲੇ ਹਾਫ ਦੇ ਵਿੱਚ ਦੋਨੇ ਟੀਮਾਂ ਨੇ ਇੱਕ ਗੋਲ ਦੀ ਲੀਡ ਲਈ ਸੀ ਇੰਟਰਨੈਸ਼ਨਲ ਨੇ ਪਹਿਲਾਂ ਉਸ ਤੋਂ ਬਾਅਦ JST ਅਕੈਡਮੀ ਟੀਮ ਵੱਲੋਂ ਡਰਾ ਕੀਤਾ ਗਿਆ ਮੈਚ ਅਤੇ 45 ਮਿੰਟ ਦੀ ਖੇਡ ਅਜੇ ਬਾਕੀ ਆ ਅਤੇ ਦਰਸ਼ਕ ਵੀ ਐਨ ਹੁੰਮ ਹੁੰਮਾ ਕੇ ਪਹੁੰਚੇ ਹੋਏ ਆ ਗਰਾਊਂਡ ਦੇ ਵਿੱਚ ਹਾਂਜੀ ਸ਼੍ਰੀ ਕ੍ਰਿਸ਼ਨ ਚੰਦ ਜੀ ਭਨੋਟ ਪਟਵਾਰੀ ਅੰਕਲ ਜੀ ਪਹੁੰਚੇ ਹੋਏ ਆ ਠੱਕਰਵਾਲ ਤੋਂ ਨਵੇਂ ਸ਼ਹਿਰ ਤੋਂ ਕੋਚ ਮਿੰਦਰਜੀਤ ਸਿੰਘ ਜਸਵੀਰ ਸਿੰਘ ਭਾਟਾ ਨੀਟੂ ਭਾਅ ਜੀ YFC ਮਾਲਪੁਰ ਦੇ ਕੋਚ ਫਿਰ SN ਕਾਲਜ ਬੰਗਿਆਂ ਦੇ ਕੋਚ ਸਾਹਿਬਾਨ ਪੰਡਤ ਭਾਅ ਜੀ ਅਤੇ ਨਾਲ ਹਰਦੀਪ ਸਿੰਘ ਗਿੱਲ ਭਾਅ ਜੀ ਦੀਪਾ ਭਾਅ ਜੀ ਪਹੁੰਚੇ ਹੋਏ ਆ ਨਾਲ ਉਹਨਾਂ ਦੀਆਂ ਗੁੜੀਆਂ ਦੋ ਉਹ ਵੀ ਮੈਚ ਦੇਖਣ ਪਹੁੰਚੇ ਹੋਏ ਆ ਜੀ ਸਾਰੇ ਬਾਕੀ ਹੋਰ ਵੀ ਜਿੰਨੇ ਪਤਵੰਤੇ ਸੱਜਣ ਰੈਫਰੀ ਸਮਾਨ ਵੀ ਮਤਲਬ ਚਾਹ ਦਾ ਪਿਆਲਾ ਲੈਂਦੇ ਹੋਏ ਮੈਚ ਸੇਮ ਵੈਨਿਊ 9 ਸਤੰਬਰ ਨੂੰ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਤੇ SGHSA ਬੰਗਾ ਇਹ ਦੋ ਕਲੱਬਾਂ ਵਿਚਕਾਰ ਖੇਡਿਆ ਜਾਣਾ ਜੀ 9 ਸਤੰਬਰ ਸੇਮ ਵੈਨਿਊ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਤੇ SGHSA ਬੰਗਾ ਇਹ ਦੋ ਕਲੱਬਾਂ ਵਿਚਕਾਰ ਖੇਡਿਆ ਜਾਊਗਾ ਜੀ
ਵਾਤਾਵਰਨ ਦਾ ਕਿੰਨਾ ਬਦਲਾਅ ਆ ਗਿਆ। ਬੰਦੇ ਨੂੰ ਆਪਣੀ ਉਮਰ ਦਾ ਕਿਤੇ ਅੰਦਾਜ਼ਾ ਹੁੰਦਾ, ਜਿੰਨੇ ਗਲੀਆਂ ਚ ਬੁੜੀਆਂ ਇੱਕ ਦੂਜੇ ਦੇ ਚੂਹੀ ਮਾਰਦੀਆਂ ਬੰਦੇ ਹੁਣ ਆਪਾਂ ਜ਼ਿਆਦਾ ਉਮਰ ਵਾਲੇ Thank you.
ਦੀ ਦੂਜੀ ਹਾਫ ਦੀ ਹੁਣ ਖੇਡ ਸ਼ੁਰੂ ਹੋਣ ਜਾ ਰਹੀ ਹੈ। ਇੱਕ ਗੋਲ ਦੀ ਬਰਾਬਰੀ 'ਤੇ ਆ ਦੋਨੇ ਟੀਮਾਂ। ਦੂਜੇ ਹਾਫ ਦੀ ਖੇਡ ਸ਼ੁਰੂ ਹੋ ਚੁੱਕੀ ਆ ਅਤੇ ਫਾਊਲ ਕਹਿੰਦੇ ਕੀਤਾ ਗਿਆ। ਵਧੀਆ ਲਾਲਾ ਜੀ ਸਾਡੇ ਵੀਰ ਲਾਈਵ 'ਚ ਜੁੜੇ ਆ। ਉਮੇਸ਼ ਚਪਰਾ ਲਾਲਾ ਜੀ ਸ਼ੇਰਗੜ੍ਹ ਵਾਲੇ ਮੈਚ ਦੇਖ ਰਹੇ ਆ। ਦੂਜੇ ਹਾਫ ਦੀ ਖੇਡ ਸ਼ੁਰੂ ਹੋ ਚੁੱਕੀ ਆ ਅਤੇ ਇੱਕ ਇੱਕ ਗੋਲ ਦੀ ਬਰਾਬਰੀ 'ਤੇ ਆ ਦੋਨੇ ਟੀਮਾਂ। ਪਹਿਲਾਂ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜ ਦੀ ਟੀਮ ਵੱਲੋਂ ਲੀਡ ਲਈ ਗਈ ਸੀ, ਉਸ ਤੋਂ ਬਾਅਦ ਬਰਾਬਰੀ ਕੀਤੀ ਆ ਜੇਸਟੀ ਅਕੈਡਮੀ ਦੀ ਟੀਮ ਨੇ। ਜਾਪਨਾਮਾ ਮੁੰਡਾ ਰਾਈਟ ਲੈਫਟ ਫੁੱਲ ਬੈਕ ਖੇਡਦਾ। ਕ੍ਰੋਸ 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 ਖੇਤ ਡੇਕਾਂ ਆ ਜਾਂਦੀਆਂ, ਮਤਲਬ ਤੁਹਾਨੂੰ ਪਤਾ ਲੱਗਦਾ। ਲਓ ਜੀ ਫਾਊਲ ਦਿੱਤਾ ਗਿਆ ਜੀ ਰੈਫਰੀ ਵੱਲੋਂ, ਫਾਊਲ ਜਾਪਨਾਮਾ ਦੇ ਉੱਪਰ ਕੀਤਾ ਗਿਆ। ਸਟੇਡੀਅਮ ਪਿਜੌੜੇ ਦੀ ਗਰਾਊਂਡ ਆ ਜੀ, ਫੁੱਟਬਾਲ ਗਰਾਊਂਡ ਪੰਜੌੜ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜੇ ਦੀ ਹੋਮ ਗਰਾਊਂਡ ਆ ਅਤੇ ਅੱਜ ਮੈਚ ਖੇਡਿਆ ਜਾ ਰਿਹਾ। ਇਸ ਤੋਂ ਬਾਅਦ 9 ਤਰੀਕ ਨੂੰ ਇਸੇ ਗਰਾਊਂਡ ਦੇ ਵਿੱਚ ਮੈਚ ਹੋਊਗਾ ਜੀ, ਸ਼੍ਰੀ ਹਰਗੋਬਿੰਦ ਸਿੰਘ ਸਪੋਰਟਸ ਕਲੱਬ ਬੰਗਿਆਂ ਦੇ ਨਾਲ। ਠੀਕ 4 ਵਜੇ ਮੈਚ ਸ਼ੁਰੂ ਹੋਊਗਾ ਉਹ ਵੀ, ਅਤੇ ਉਸ ਤੋਂ ਪਹਿਲਾਂ ਇਹਨਾਂ ਦਾ ਮੈਚ ਆ ਜੀ 5 ਤਰੀਕ ਨੂੰ CRPF ਜਲੰਧਰ ਦੀ ਗਰਾਊਂਡ ਦੇ ਵਿੱਚ ਇੰਟਰਨੈਸ਼ਨਲ ਦਾ, ਅਤੇ 4 ਤਰੀਕ ਨੂੰ ਹੋਊਗਾ ਜੀ ਦੁਆਬਾ ਫੁੱਟਬਾਲ ਕਲੱਬ ਆਦਮਪੁਰ ਵਰਸਸ ਓਲੰਪੀਅਨ ਜਰਨੈਲ ਸਿੰਘ ਸਪੋਰਟਿੰਗ ਕਲੱਬ ਗੜ੍ਹਸ਼ੰਕਰ, ਗੜ੍ਹਸ਼ੰਕਰ ਦੀ ਗਰਾਊਂਡ ਦੇ ਵਿੱਚ। ਨਾ ਨਾ ਨੰਬਰ ਹੋਣਾ ਮੇਰਾ ਮੋਬਾਈਲ ਨੰਬਰ 94654 51655 15 ਆਹੋ ਜਾਪਨਾਮਾ ਉੱਧਰ ਰੋਹਿਤ ਵੱਲੋਂ ਕਹਿੰਦੇ ਨਵੀਂ ਲਈ ਫੁੱਟਬਾਲ ਖੇਡੀ ਗਈ ਆ, ਨਵੀਂ ਵੱਲੋਂ ਟਰਾਈ ਪਰ ਕਹਿੰਦੇ ਵੇਸਟ ਆ ਮਿੱਤਰੋ। ਲਓ ਜੀ ਦੂਜੇ ਹਾਫ ਦੀ ਖੇਡ ਸ਼ੁਰੂ ਹੋ ਚੁੱਕੀ ਆ ਅਤੇ ਸਕੋਰ ਕਹਿੰਦੇ ਇੱਕ ਇੱਕ ਦੀ ਬਰਾਬਰੀ 'ਤੇ ਆ ਦੋਨੇ ਟੀਮਾਂ। ਇਹ ਵਿਲੇਜ ਪੰਜੌੜ ਆ ਜੀ, ਪੰਜੌੜ ਦੀ ਗਰਾਊਂਡ ਦੇ ਵਿੱਚ ਮੈਚ ਚੱਲ ਰਿਹਾ। ਇਸ ਪਲਿੰਟ ਦੇ ਵਿੱਚ ਵੀ ਕਾਫੀ ਇੰਟਰਨੈਸ਼ਨਲ ਪਲੇਅਰ ਹੋਏ ਆ, ਦਲਜੀਤ ਸਿੰਘ ਸ਼ਾਂਕੂ ਭਾਜੀ, ਬਲਦੀਪ ਸਿੰਘ ਬਿੱਕਾ, ਜਸਪਾਲ ਸਿੰਘ ਚੂੜੂ ਭਾਜੀ, ਜਸਪਾਲ ਜੱਸੀ ਭਾਜੀ BSF, ਸਾਬੀ ਭਾਜੀ ਪੰਜਾਬ ਪੁਲਿਸ, ਅਤੇ ਉੱਧਰ ਸਾਡਾ ਵੀ ਦੀਪੂ ਸ਼ੌਂਟੀ, ਗੌਰਵ ਮੁੰਡਾ ਹੋ ਗਿਆ, ਬੰਟੀ ਹੋ ਗਿਆ ਮੁੰਡਾ AG ਦੇ ਵਿੱਚ ਜੋਬ ਕਰਦਾ,
ਪੋਤਾ ਭਾਜੀ ਪਜੌੜੇ ਤੋਂ ਬਲਕਾਰ ਮੁੰਡਾ ਸ਼ੌਂਟੀ ਕਾਲਾ ਸੋਨੂ ਭਾਜੀ ਅਮਰੀਕਾ ਦੇ ਵਿੱਚ ਆ ਅਤੇ ਬਹੁਤ ਵਧੀਆ ਟੀਮ ਨਾਮੀ ਟੀਮ ਅਤੇ ਮੁੰਡਾ ਮੰਨਾ ਖੇਡਦਾ ਪੰਜਾਬ ਪੁਲਿਸ ਦੇ ਵਿੱਚ ਗੋਲਕੀਪਰ ਅਤੇ ਕੁਲਦੀਪ ਸਿੰਘ ਦੀਪ ਭਾਜੀ ਵੀ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜੇ ਦੇ ਜਿਹੜੇ ਕੋਚ ਨੇ ਉਹ ਵੀ ਇਸੇ ਪਿੰਡ ਤੋਂ ਨੇ ਮੌਜੂਦ ਰੋਹਿਤ ਲਈ ਪਾਸ ਆਇਆ ਪਰ ਕਹਿੰਦੇ ਗੋਲਕੀਪਰ ਦੀ ਰੇਂਜ 'ਚ ਹੋ ਗਿਆ ਫੁੱਟਬਾਲ ਅਤੇ ਗੋਲਕੀਪਰ ਵੱਲੋਂ ਕਲੈਕਟ ਕਰਕੇ ਫੁੱਟਬਾਲ ਨੇਕੇ ਲਈ ਖੇਡੀ ਗਈ ਆ ਨੇਕਾ ਕਹਿੰਦੇ ਜੇ ਐਸ ਟੀ ਅਕੈਡਮੀ ਵਾਲਾ ਨੌਜੀ ਟਰਨ ਕੀਤੀ ਗਈ ਸੀ ਪਰ ਕਹਿੰਦੇ ਗਗਨ ਵੱਲੋਂ ਕਹਿੰਦੇ ਇੰਟਰਸੈਪਟ ਕੀਤਾ ਗਿਆ ਫੁੱਟਬਾਲ ਨੌਜੀ ਅਟੈਕ 'ਤੇ ਆ ਅਟੈਕ 'ਤੇ ਆ ਜਾਦੂ 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 ਹਾਏ 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 ਜਾਦੂ ਸਿੰਘ ਇੰਨਾ ਟਾਈਮ ਨਹੀਂ ਮੈਂ ਤੁਹਾਡੀ ਦੇ ਵਿੱਚ ਮਿਲਣਾ ਇੱਥੇ ਦਾ ਸੈੱਟ ਕੀਤਾ ਅਤੇ ਫਿਨਿਸ਼ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਇੰਨਾ ਟਾਈਮ ਨਹੀਂ ਸੀ ਨਾ ਟੋਪਰਾਂ ਨੇ ਡੀ ਦੇ ਵਿੱਚ ਵੀ ਟਰੈਪ ਕਰੋ ਘੁੰਮੋ ਇੱਧਰ ਕਰੋ ਉੱਧਰ ਕਰੋ ਇੱਥੇ ਦਾ ਫੁੱਟਬਾਲ ਸੈੱਟ ਅਤੇ ਫਿਨਿਸ਼ ਗੋਲ ਕਰ ਗਿਆ ਜੀ ਇੱਧਰ ਰੋਹਿਤ ਕਰ ਗਿਆ ਵੀਰ ਸਾਡਾ ਆਈ ਐੱਫ ਸੀ ਵੱਲੋਂ ਅਤੇ ਦੂਸਰੇ ਪਾਸੇ ਮੁੰਡਾ 13 ਨੰਬਰ ਦੀ ਜਰਸੀ ਖੇਡਦਾ ਜੈਸ ਟੀ ਅਕੈਡਮੀ ਦਾ ਰਾਈਟ ਆ ਆਪ ਪੈਕ ਜਿਹੜਾ ਸਕਰੀਨ ਦੇ ਉੱਪਰ ਆ ਜਿਹਦੇ ਵੱਲੋਂ ਗੋਲ ਕੀਤਾ ਗਿਆ ਪਲੇ ਆਉਂਦਾ ਇਸ਼ਾਰਾ ਉੱਧਰ ਰੋਹਿਤ ਆ ਰੋਹਿਤ ਫੁੱਟਬਾਲ ਲੇਟ ਅਤੇ ਮਿਸ ਪਾਸ ਹੋ ਗਿਆ ਰੋਹਿਤ ਦਾ ਨੌਜੂਦਰ ਗਗਨ ਆ ਕਹਿੰਦੇ ਚਿਹੜੂ ਵਾਲਾ ਸਟੋਪਰ ਖੇਡ ਰਿਹਾ ਨੌਜੂਦਰ ਕਹਿੰਦੇ ਮਿਸ ਪਾਸ ਹੋ ਗਿਆ ਨੇਕਾ ਨੇਕਾ ਨੇਕੇ ਵੱਲੋਂ ਟਰਾਈ ਕਹਿੰਦੇ ਓਏ ਹੋਏ 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 ਬਹੁਤ ਵਧੀਆ ਟਰਾਈ ਲਈ ਗਈ ਸੀ ਨੇਕੇ ਵੱਲੋਂ ਅਤੇ ਕਹਿੰਦੇ ਬਚਾਈ ਹੋ ਗਿਆ ਮਤਲਬ ਆਫ ਟਾਰਗੇਟ ਹੋ ਗਿਆ ਕੰਮ ਨਹੀਂ ਤਾਂ ਖਤਰਾ ਬਣ ਜਾਣਾ ਸੀ ਓਵਰਲੈਪ 'ਤੇ ਗਿਆ ਫੁੱਲਬੈਕ ਲਓ ਜੀ ਆਏ ਹਾਏ ਲਓ ਜੀ ਕੋਰਨਰ ਮਿਲੂਗੀ ਜੀ ਕੋਰਨਰ ਜੀ ਐਸ ਟੀ ਅਕੈਡਮੀ ਨੂੰ ਗੋਲ ਇੱਕ ਇੱਕ ਬਰਾਬਰ ਹੈ ਜੀ ਇੰਟਰਨੈਸ਼ਨਲ ਰੋਹਿਤ ਕਰ ਗਿਆ ਅਤੇ ਦੂਸਰੇ ਪਾਸੇ ਮੁੰਡਾ 13 ਨੰਬਰ ਦੀ ਜਰਸੀ ਜੀ ਕਰ ਗਿਆ ਜੀ ਐਸ ਟੀ ਅਕੈਡਮੀ ਵੱਲੋਂ ਗੋਲ ਬਰਾਬਰ ਜੀ ਨੇਕੇ ਕੋਲ ਇੱਕ ਵਾਰ ਫਿਰ ਫੁੱਟਬਾਲ ਮਾਈਨਸ ਕੀਤੀ ਗਈ ਆ ਉੱਧਰ ਜਾਦੂ ਵੱਲੋਂ ਹੈੱਡ ਹੋਏ 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 ਕਰਨੀ ਵੱਲੋਂ ਨੌਜੀ ਈਸ਼ਵਰ ਵੱਲੋਂ ਮਾਈਨਸ ਕੀਤੀ ਗਈ ਆ ਰੋਹਿਤ ਚਾਂਸ ਨਵੀ ਆ ਓਏ ਹੋਏ ਹੋਏ ਕਹਿੰਦੇ ਗੋਲਕੀਪਰ ਸੇਵ ਕਰ ਗਿਆ ਮੰਨਾ ਡਾਂਡੀਆਂ ਵਾਲਾ ਮੰਨਾ ਕਹਿੰਦੇ ਸਿਰਾ ਸਿਰਾ ਕਰਾ ਗਿਆ ਗੋਲਕੀਪਰ ਸਿਰਾ ਕਰਾ ਗਿਆ ਦੋ ਸੇਵ ਕਰ ਗਿਆ ਲਗਾਤਾਰ ਅਤੇ ਬਹੁਤ ਵਧੀਆ ਅਟੈਕ ਇੰਟਰਨੈਸ਼ਨਲ ਦੀ ਟੀਮ ਵੱਲੋਂ
ਵਧੀਆ ਜੀ ਵਧੀਆ ਰਾਣਾ ਜੀ ਕਾਲੇ ਵਾਲ ਭਗਤਾਂ ਤੋਂ ਡਬਈ ਵਾਲੇ ਵੀ ਜੁੜੇ ਆ ਲਾਈਵ ਦੇ ਵਿੱਚ ਕਾਰਨਰ ਮਿਲੀ ਆ ਜੀ ਕਾਰਨਰ ਤੇ ਅਟੈਕ ਤੇ ਆ ਮਤਲਬ ਕਰਮੀ ਮਾਨਸੇ ਵਾਲੇ ਤੇ ਅੱਖ ਹੋਊਗੀ ਤੇ ਚਾਂਸ ਕਰਮੀ ਸਿਆਂ ਇੱਥੋਂ ਤਾਂ ਸਿਰਫ ਫਰੇਮ ਦੇ ਵਿੱਚ ਫੋਰਸ ਨਹੀਂ ਮੇਰਾ ਵੀਰ ਸਿਰਫ ਟਾਰਗੇਟ ਤੇ ਰੱਖਣੀ ਸੀ ਜਪਨਾਮ ਵੱਲੋਂ ਕਲੀਅਰ ਕੀਤੀ ਗਈ ਆ ਉੱਧਰ ਨੇਕਾ ਨੇਕਾ ਨਾਲ ਮੰਨਾ ਡਾਂਡੀਆਂ ਵਾਲਾ ਮਤਲਬ ਲੰਬੀਆਂ ਲੰਬੀਆਂ ਲੱਤਾਂ ਦਾ ਫਾਇਦਾ ਬਹੁਤ ਵਧੀਆ ਮੂਵ ਬਣਾਇਆ ਗਿਆ ਸੀਗਾ ਇੰਟਰਨੈਸ਼ਨਲ ਦੀ ਟੀਮ ਵੱਲੋਂ ਅਤੇ ਦੋ ਵਾਰ ਗੋਲਕੀਪਰ ਸੇਵ ਕਰ ਗਿਆ ਪਹਿਲਾਂ ਨਵੀ ਵੱਲੋਂ ਟਰਾਈ ਲਈ ਗਈ ਸੀ ਫਿਰ ਮੰਨੇ ਵੱਲੋਂ ਰਿਬਾਉਂਡ ਦੇ ਉੱਪਰ ਨੌ ਜੀ ਰੋਹਿਤ ਮਤਲਬ ਹੈਡ ਕਟਾ ਗਿਆ ਸੀ ਪਰ ਕਹਿੰਦੇ ਨੌ ਜੀ ਉੱਧਰ ਚੇਂਜ ਹੋ ਰਹੀ ਆ ਜੀ ਚੇਂਜ ਨਵੀਂ ਦੀ ਚੇਂਜ ਕੀਤੀ ਗਈ ਆ ਜੀ ਮੁੰਡਾ ਕਾਰਨ ਗਰਾਊਂਡ ਦੇ ਵਿੱਚ ਐਂਟਰ ਹੋਣ ਜਾ ਰਿਹਾ ਯੈਲੋ ਕਾਰਡ ਹੋਊਗਾ ਜੀ ਯੈਲੋ ਕਾਰਡ ਕਿਉਂਕਿ ਜਰਸੀ ਲਾਈ ਆ ਗਰਾਊਂਡ ਦੇ ਵਿੱਚ ਤਾਂ ਫਿਰ ਰੁਕਲਾ ਮੇਰਾ ਵੀਰ ਅਜੇ ਰੈਫਰੀ ਸਾਹਿਬ ਨੋਟ ਕਰ ਰਹੇ ਆ ਜਰਸੀ ਨੰਬਰ ਵਧੀਆ ਠੀਕ ਹੈ ਮੇਰਾ ਵੀਰ ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ ਮੇਰਾ ਵੀਰ ਲਓ ਜੀ ਬਾਂਟੂ 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 ਲਓ ਜੀ ਨੇਕਾ ਨੇਕਾ ਨੇਕੇ ਵੱਲੋਂ ਪਾਸ ਲਓ ਜੀ ਮਾਈਨਸ ਨੇਕਾ ਮਾਈਨਸ ਕੀਤੀ ਗਈ ਆ ਅਤੇ ਕਰਮੀ ਖੜ੍ਹਾ ਮਾਨਸੇ ਵਾਲਾ ਮਿੱਤਰੋ ਕਰਮੀ ਸਤਿ ਸ਼੍ਰੀ ਅਕਾਲ ਭਾਅ ਜੀ ਉੱਧਰ ਰੈਂਕੂ ਆ ਮੈਂ ਤਾਂ 19 ਨੰਬਰ ਦੀ ਜਰਸੀ ਵਿੱਚ ਖੇਡਦਾ ਲਓ ਜੀ ਉੱਧਰ ਅਟੈਕ 'ਤੇ ਗਈ ਆ ਇੰਟਰਨੈਸ਼ਨਲ ਦੀ ਟੀਮ ਲਓ ਜੀ ਕਰਨ ਲਈ ਫੁੱਟਬਾਲ ਖੇਡੀ ਗਈ ਆ ਚੇਂਜ 'ਤੇ ਆਇਆ ਵੀਰ ਸਾਡਾ ਹੁਣੇ ਅਤੇ ਫਰੈਸ਼ ਆ ਫਰੈਸ਼ ਗਰਾਊਂਡ ਦੇ ਵਿੱਚ ਐਂਟਰ ਹੋਇਆ ਅਤੇ ਪਰ ਕਹਿੰਦੇ ਪਲੇ ਆਨ ਦਾ ਇਸ਼ਾਰਾ ਰੈਫਰੀ ਵੱਲੋਂ ਪਲੇ ਆਨ ਦਾ ਇਸ਼ਾਰਾ ਉੱਧਰ ਕਹਿੰਦੇ ਆਫ ਸਾਈਡ ਨਹੀਂ ਹੈਗੀ ਮਿੱਤਰ ਉਹ 17 ਨੰਬਰ ਦੀ ਜਰਸੀ ਮੁੰਡਾ ਵਾਧਾ ਹੋਇਆ ਪਰ ਕਹਿੰਦੇ ਵੇਸਟ ਆ ਫੁੱਟਬਾਲ ਵੇਸਟ ਆ ਯੂਏਈ ਵਾਲੇ ਭਾਅ ਜੀ ਕਿੱਦਾਂ ਹਾਲ ਜੀ ਚਾਂਸੂ ਜੱਟਾਂ ਲਾਈਵ ਕਰਨਾ ਤੁਸੀਂ ਚਾਂਸੂ ਜੱਟਾਂ ਉੱਥੇ ਸੈਮੀ ਜਾਂ ਫਾਈਨਲ ਹੋਊਗੇ ਲਾਈਵ ਵੱਢਵਾਉਣ ਵੀ ਬੱਚਿਆਂ ਦਾ ਮੈਚ ਹੋ ਰਿਹਾ ਉੱਥੇ ਵੀ ਆਪਣਾ ਲਾਈਵ ਟੈਲੀਕਾਸਟ ਹੋਊਗਾ ਫਾਈਨਲ ਮੈਚ ਜਿਹੜੀਆਂ ਟੀਮਾਂ ਹੁਣ ਫਾਈਨਲ ਪਹੁੰਚੂਗੀਆਂ ਉਹ ਲਾਈਵ ਦੇ ਵਿੱਚ ਆਉਣਗੀਆਂ ਉਹਨਾਂ ਦੇ ਯੋਰ ਦਿਖਾਵਾਂਗੇ ਫਾਈਨਲ ਵਾਲਿਆਂ ਦੀ ਟੀਮਾਂ ਦੇ ਵਿੱਚ ਜਦੋਂ ਟਰਨ ਕੀਤੀ ਆ ਉੱਧਰ ਜਾਦੂ ਦੇ ਫੁੱਟਬਾਲ ਖੇਡੀ ਗਈ ਆ ਲਓ ਜੀ ਰਾਈਟ ਹਾਫ ਬੈਕ ਲਈ ਪਾਸ
क्रॉस कहते सिरा कर गए, कहते सिरा कर गई जी एस टी अकैडमी की टीम दो गोल कर गई आ बहुत वधिया, कहते असिस्ट किया गया बहुत वधिया माइनस तो उन्ना वधिया फिनिश किया गया हेड का कोई गलती नहीं, तो फुटबॉल नैट च आ तो स्कोर कहते 2-1 की लीड ले ली आ जी एस टी अकैडमी की टीम ने। लो जी 2-1 का स्कोर हो गया जी, 2-1 का पहला एक गोल की लीड ली इंटरनेशनल की टीम ने, उस तो बाद जे एस टी अकैडमी टीम ने एक गोल बराबर करके कप किया आ, पर हजे मित्रों फुटबॉल आ कुछ भी हो सकता, हजे टाइम बहुत पे अजे तो 15 मिनट की खेड हुई है कुछ भी हो सकता, क्योंकि गोल लैने कोई बड़ी गल नहीं, तुम वर्ल्ड कप देखे इस साल 70 मिनट तक अर्जेंटीना की टीम जित मनी बैठी सी, एंडले 20 मिनटों के फ्रांस ने नेरी लिया, दो दो बराबर मुड़ के पेनाल्टियां तो जीती सी, जितना भी बनता से क्योंकि मैसी के नाल सारी दुनिया दी दुआवां सी, ते कुछ भी हो सकता मित्रों हजे तो मैच के 2-1 का स्कोर हो गया जे एस टी अकैडमी दो गोलों नाल अगे जा रही है। 13 नंबर की जारसी के मुंडा जिदे वालों अज सिरा फुटबॉल खेडी गई है, पहला गोल भी किया दूसरा असिस्ट भी करवाया गया, शानदार गोल तो शानदार असिस्ट, इधर ईश्वर ईश्वर खोथर वाले वालों रोहित नूं लभ्या गया सीगा पर कहिंदे जैन लाइव, हाँ जी हाँ जी जैन भी अपना लाइव चलना जी 5 तरीक तो, मेरा भीर 5 तरीक तो 7-side night फुटबॉल टूरनामेंट शुरू होने जा रहा, उधर 6:00 बजी आ प्रेयर देते स्ट्रेचर मंगाया जाऊगा जी स्ट्रेचर, क्योंकि वेस्ट टाइम नहीं दिता जाना, वेस्ट नहीं किया जाना वाला कुछ, तो प्लेयर से 6:00 लगी आ तो स्ट्रेचर ग्राउंड के ये 15 मिनट होएगा जी। तो पजौड़ा दी ग्राउंड दे विच मैच चलता जी, पजौड़ा पजौड़ा दी ग्राउंड दे विच मैच चल रहा जी, होम ग्राउंड है जी इंटरनेशनल फुटबॉल क्लब फगवाड़ा दी टीम दी, ये पजौड़ा दी टीम ग्राउंड होम ग्राउंड आ, क्योंकि हर एक टीम ने 7 मैच अपने होम खेलने आ, 7 खेलने वे 5वां मैच खेल रही दोनों टीम, इंटरनेशनल के 7 पॉइंट आ मैच के बच्चे, जे एस टी अकैडमी के 6 जेकर आही स्कोर बरकरार रहा तो 9 पॉइंट हो जाऊंगे जे एस टी अकैडमी के, 7 रह जाऊंगे इंटरनेशनल के, बाकी अजे टाइम बहुत पे कुछ भी हो सकता, उधर करनी आ कहते करनी 6 नंबर की जर्सी के लो जी पास खेडी गई है मन्ने के लिए, लो जी करमी करमी मानसे वाला लो जी जादू 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 कहते जादू ने की है टर्न, तो पूरा टाइम लिया जाऊगा मित्रों क्योंकि गोल किया हो पर मिस पास हो गया जादू सिंह लागे खेल ला, उधर कहते उधर गोलकीपर वालों टाइम लिया जाऊगा, और गोलकीपर से टाइम उन्ना ही एक्सट्रा बच जाना है कोई चक्कर नहीं, तो उधर कहते गोलकीपर सट मानता जे एस टी अकैडमी का, इंटरनेशनल वाले लाओ जोर क्योंकि अभी टाइम बहुत पे अच्छा 15 मिनट होए आ, लो जी लभ्या गया ईश्वर आ खोथर वाला, लो जी ट्राई
ਪਰ ਕਹਿੰਦੇ ਅੰਕਲ ਜੀ ਹੈਗਾ ਹੈਗਾ ਪਾਣੀ ਹੈਗਾ ਤੇ ਪਿਆ ਮੇਰੇ ਤੋਂ ਜਾਦੂ ਵੱਲੋਂ ਪਾਸ ਮਿਸ ਪਾਸ ਹੋ ਗਿਆ ਜਾਦੂ ਸਿੰਘ ਲਓ ਜੀ ਕਲੀਅਰ ਕੀਤੀ ਗਈ ਆ ਲਓ ਜੀ ਈਸ਼ਵਰ ਈਸ਼ਵਰ ਵੱਲੋਂ ਰੋਹਿਤ ਲਈ ਥਰੋ ਅਤੇ ਉੱਧਰ ਕਹਿੰਦੇ ਈਸ਼ਵਰ ਫਿਰ ਗਿਆ ਅਟੈਕ ਤੇ ਈਸ਼ਵਰ ਖੋਥਰਾਂ ਵਾਲਾ ਲਓ ਜੀ ਮਾਈਨਸ ਕੀਤੀ ਗਈ ਆ ਹਾਏ 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 ਦੋ ਇੱਕ ਦਾ ਸਕੋਰ ਹੋ ਗਿਆ ਜੀ ਜੇ ਐਸ ਟੀ ਅਕੈਡਮੀ ਦੋ ਅਤੇ ਇੰਟਰਨੈਸ਼ਨਲ ਫਗਵਾੜਾ ਇੱਕ ਦੂਜੇ ਹਾਫ ਦੀ ਖੇਡ ਚੱਲ ਰਹੀ ਆ ਰਿੰਕੂ ਆ ਮਤਲਬ ਕਹਿੰਦੇ ਰਿੰਕੂ ਇੰਟਰਨੈਸ਼ਨਲ ਦੀ ਟੀਮ ਮਿਸ ਪਾਸ ਕਰ ਰਹੀ ਆ ਮਤਲਬ ਫੁੱਟਬਾਲ ਜਿੰਨਾ ਰੋਂਗ ਪਾਸ ਕਰੂੰਗੇ ਉਨੀ ਹੀ ਟੀਮ ਪ੍ਰੈਸ਼ਰ 'ਚ ਆਉਣੀ ਆ ਲਓ ਜੀ ਅਟੈਕ 'ਤੇ ਇੱਕ ਵਾਰ ਫਿਰ ਜੇ ਐਸ ਟੀ ਅਕੈਡਮੀ ਟੀਮ ਪਰ ਬੈਲੈਂਸ ਬੈਲੈਂਸ ਨਹੀਂ ਹੋਇਆ ਆਊਟ ਦਾ ਇਸ਼ਾਰਾ ਕਹਿੰਦੇ ਜੱਪ ਨਾਮ ਵੱਲੋਂ ਬਹੁਤ ਵਧੀਆ ਵਾਈ ਐਫ ਸੀ ਅਤੇ ਗੜ ਸ਼ੰਕਰ ਦੀਆਂ ਕੱਲ੍ਹ ਡਰੋ ਰਹਿ ਗਿਆ ਜੀ 0-0 ਚੱਲ ਰਹੀ ਆ ਮਤਲਬ ਇਸ ਤੋਂ ਪਹਿਲਾਂ ਵੀ ਜੇ ਐਸ ਟੀ ਅਕੈਡਮੀ ਅਤੇ ਜਗਤ ਸਿੰਘ ਪਲਾਹੀ ਵਾਲੀ ਡਰਬੀ ਹੋਈ ਸੀਗੀ ਫਗਵਾੜੇ ਵਾਲੀ ਉਹ ਵੀ ਜੇ ਐਸ ਟੀ ਅਕੈਡਮੀ ਨੇ ਜਿੱਤੀ ਸੀਗੀ ਅਤੇ ਇਹ ਵੀ ਡਰਬੀ ਚੱਲਦੀ ਆ ਫਿਲਹਾਲ ਜੇ ਐਸ ਟੀ ਅਕੈਡਮੀ ਲੀਡ ਰਹਿ ਰਹੀ ਆ ਪਰ ਕੁਛ ਵੀ ਹੋ ਸਕਦਾ ਇੰਟਰਨੈਸ਼ਨਲ ਦੀ ਟੀਮ ਕਿਉਂਕਿ ਮਾਲਪੁਰ ਦੀ ਟੀਮ ਦੇ ਨਾਲ ਵੀ ਪਹਿਲਾਂ ਇੱਕ ਗੋਲ 'ਤੇ ਲੂਜ਼ ਕਰਦੇ ਸੀਗੇ ਮੁੜ ਕੇ ਇੱਕ ਲਾ ਕੇ ਮੁੰਡਿਆਂ ਨੇ 4 ਗੋਲ ਕੀਤੇ ਸੀ ਲਓ ਜੀ ਰੋਹਿਤ ਆ ਰੋਹਿਤ ਰਕਮ
ਜੀ ਈਸ਼ਵਰ ਆ ਈਸ਼ਵਰ ਕਲੀਅਰ ਕੀਤੀ ਗਈ ਹੈ ਜਾਲੀ ਵੱਲ ਉਧਰ ਜਪਨਾਵੇ ਆ ਜੀ ਅਟੈਕ ਤੇ ਆ ਕਾਰਨ ਕਹਿੰਦੇ ਈਸ਼ਵਰ ਲਈ ਫੁੱਟਬਾਲ ਖੇਡੀ ਗਈ ਆ ਲਓ ਜੀ ਜਾਲੀ ਆ ਦੂਸਰੇ ਪਾਸੇ ਵੀ ਜਾਦੂ ਦੇ ਫੁੱਟਬਾਲ ਖੇਡੀ ਗਈ ਆ ਤੇ ਗੋਲਕੀਪਰ ਵੀ ਆ ਗਿਆ ਮਤਲਬ ਬਾਹਰ ਤੇ ਕਲੀਅਰ ਕੀਤੀ ਗਈ ਆ ਗੋਲਕੀਪਰ ਵੱਲੋਂ ਫੁੱਟਬਾਲ ਤੇ ਦੋ ਚੇਂਜਾਂ ਕੀਤੀਆਂ ਜਾ ਰਹੀਆਂ ਜੇ ਐਸ ਟੀ ਅਕੈਡਮੀ ਵੱਲੋਂ ਇਕੱਠੀਆਂ ਨਹੀਂ ਵਾਈ ਐਫ ਸੀ ਰੋੜਕਾ ਨਹੀਂ ਮੇਰਾ ਵੀਰ ਵਾਈ ਐਫ ਸੀ ਮਾਲਪੁਰ ਆ ਜੀ ਰੋੜਕੇ ਦੀ ਟੀਮ ਨਹੀਂ ਹੈਗੀ ਯੰਗ ਫੁੱਟਬਾਲ ਕਲੱਬ ਮਾਲਪੁਰ ਦੀ ਟੀਮ ਆ ਵਾਈ ਐਫ ਸੀ ਰੋੜਕੇ ਦੀ ਟੀਮ ਨਹੀਂ ਹੈਗੀ ਜੀ ਅਟੈਕ ਤੇ ਇੱਕ ਵਾਰ ਫਿਰ ਕੋਰਨਰ ਮਿਲੂਗੀ ਜੀ ਕੋਰਨਰ ਇੰਟਰਨੈਸ਼ਨਲ ਦੀ ਟੀਮ ਨੂੰ ਲੈ ਕੇ ਕਰਮੀ ਸਿੰਘ ਪਹੁੰਚੋ ਹੈਡ ਤੇ ਸਤਿ ਸ਼੍ਰੀ ਅਕਾਲ ਜੀ ਮੈਚ ਚੱਲ ਰਿਹਾ ਦੋਨੋਂ ਟੀਮਾਂ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਰਹੀਆਂ ਜੀ ਮਨਜੀਤ ਸਿੰਘ ਡੀ ਪੀ ਈ ਬਿਲਕੁਲ ਜੀ ਬਿਲਕੁਲ ਅੰਕਲ ਜੀ ਕਹਿੰਦੇ ਬਹੁਤ ਵਧੀਆ ਮੈਚ ਚੱਲ ਰਿਹਾ ਅਤੇ ਦੋਨੇ ਟੀਮਾਂ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਰਹੀਆਂ ਨੇ ਉਧਰ ਰੋਹਿਤ ਆਏ ਹਾਏ 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 ਰਾਜਪੂਤ ਮਾਲਪੁਰ ਕੱਲ੍ਹ ਨੂੰ ਕਿੱਥੇ ਆ ਮੈਚ ਕੱਲ੍ਹ ਨੂੰ ਮੇਰਾ ਵੀਰ ਕਿਤੇ ਨਹੀਂ ਹੈਗਾ ਜੀ ਮੈਚ ਹੁਣ 4 ਤਰੀਕ ਨੂੰ ਹੋਊਗਾ ਜੀ ਪੰਜਾਬ ਲੀਗ ਦਾ ਮੈਚ ਗੜਸ਼ੰਕਰ ਦੀ ਗਰਾਊਂਡ ਦੇ ਵਿੱਚ ਓਲੰਪੀਅਨ ਜਰਨੈਲ ਸਿੰਘ ਸਪੋਰਟਿੰਗ ਕਲੱਬ ਗੜਸ਼ੰਕਰ ਵਰਸਸ ਦੁਆਬਾ ਫੁੱਟਬਾਲ ਕਲੱਬ ਆਦਮਪੁਰ ਅਤੇ 5 ਤਰੀਕ ਨੂੰ ਹੋਊਗਾ ਜੀ ਸੀ ਆਰ ਪੀ ਐੱਫ ਜਲੰਧਰ ਵਰਸਸ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਅਤੇ 5 ਤਰੀਕ ਨੂੰ ਸ਼ਾਮ ਨੂੰ ਫਿਰ ਰਾਤ ਨੂੰ ਜੈਨ 7 ਸਾਈਡ ਸ਼ੁਰੂ ਹੋਣ ਜਾ ਰਹੀ ਹੈ ਨਾਈਟ ਉੱਧਰ ਚੇਂਜਾਂ ਕੀਤੀਆਂ ਜਾ ਰਹੀਆਂ ਨੇ ਜੀ ਵਾਟਰ ਬਰੇਕ ਕੀਤੀ ਗਈ ਹੈ ਜੀ ਵਾਟਰ ਬਰੇਕ ਦੋਨਾਂ ਟੀਮਾਂ ਨੂੰ ਅਤੇ 28 ਮਿੰਟ ਦੀ ਖੇਡ ਹੋ ਗਈ ਆ ਟੌਪ ਟੀਮ ਮੇਰਾ ਵੀਰ ਹਜੇ ਤਾਂ ਕੁਛ ਨਹੀਂ ਪਤਾ ਲੱਗਣਾ ਕਿਉਂਕਿ ਕਈ ਟੀਮਾਂ ਨੇ ਮੈਚ ਘੱਟ ਖੇਡੇ ਕਈਆਂ ਨੇ ਜ਼ਿਆਦਾ ਖੇਡੇ ਆ ਫਿਲਹਾਲ ਤਾਂ 9 ਪੁਆਇੰਟ ਪੁਲਿਸ ਦੇ ਆ ਅਤੇ ਜੇ ਐਸ ਟੀ ਅਕੈਡਮੀ ਜੇਕਰ ਜਿੱਤ ਗਈ ਅੱਜ ਤਾਂ ਇਹਨਾਂ ਦੇ ਵੀ 9 ਹੋ ਜਾਣੇ ਆ ਅਤੇ ਨਾਮਧਾਰੀ ਦੀ ਟੀਮ 2 ਮੈਚ ਖੇਡੀ ਆ 6 ਪੁਆਇੰਟ ਆ ਗੜਸ਼ੰਕਰ ਦੇ 7 ਪੁਆਇੰਟ ਆ ਹਜੇ ਮਿਕਸ ਹੀ ਆਈ ਆ ਕੰਮ ਹਜੇ ਫਿਲਹਾਲ ਕੋਈ ਵੀ ਟੀਮ ਟੌਪ ਦੇ ਉੱਪਰ ਜਿਹੜਾ ਕਹਿ ਲਈਏ ਹਲੇ ਤਾਂ ਨਹੀਂ ਹੈਗੀ
ਨਾਮਧਾਰੀ ਨੇ ਦੋ ਖੇਡੇ, ਦੋ ਜਿੱਤੇ, 6 ਪੁਆਇੰਟ ਆ, ਗੜਸ਼ੰਕਰ ਦੇ 7 ਆ, ਇੰਟਰਨੈਸ਼ਨਲ ਦੇ 7 ਆ, ਪੰਜਾਬ ਪੁਲਿਸ ਦੇ 9 ਆ। ਜਾਂ ਕਪੁਰੀਆ ਵੀ ਕਹਿੰਦੇ ਗਰਾਊਂਡ ਦੇ ਵਿੱਚ ਆ ਚੁੱਕਿਆ 8 ਨੰਬਰ ਦੀ ਜਰਸੀ ਵਿੱਚ। ਇਹ ਵੀ ਮੁੰਡਾ ਕਹਿੰਦੇ ਪਾਲ ਦੀ ਅਕੈਡਮੀ ਵਿੱਚ ਖੇਡਿਆ, ਉਸ ਤੋਂ ਬਾਅਦ ਜੇ ਐਸ ਟੀ ਅਕੈਡਮੀ ਵਿੱਚ ਐਡਮਿਸ਼ਨ ਲਈ ਆ, ਮੁੰਡਾ ਖੇਡਦਾ, ਮਿਸ ਪਾਸ ਹੋ ਗਿਆ, ਆਉਂਦੇ ਦਾ ਮਿਸ ਪਾਸ ਹੋ ਗਿਆ। ਨੌਜੀ ਅਟੈਕ 'ਤੇ ਆ ਫਿਰ ਇੰਟਰਨੈਸ਼ਨਲ ਦੀ ਟੀਮ। ਨੌਜੀ ਆਫ ਸਾਈਡ ਦੀ ਝੰਡੀ ਖੜ੍ਹ ਗਈ ਆ ਜੀ। ਸੁੱਖਾ ਸਾਡਾ ਵੀਰ ਸਾਂਝਾ ਵਾਲਾ ਅਸਿਸਟੈਂਟ ਰੈਫਰੀ ਆ। ਵਿਨਰ ਤਾਂ ਮੇਰਾ ਵੀਰ ਕ੍ਰਿਕਟ ਨਹੀਂ ਹੈਗੀ, ਇਹ ਭਰਾ ਫੁੱਟਬਾਲ ਆ। 6-3 ਪੁਆਇੰਟ ਹੁੰਦੇ ਆ ਜੇਤੂ ਟੀਮ ਦੇ। ਇਹ ਆਈ ਪੀ ਐਲ ਨਹੀਂ ਹੈਗੀ, ਇਹ ਪੰਜਾਬ ਲੀਗ ਆ। ਕ੍ਰਿਕਟ ਦੇ ਵਿੱਚ ਹੁੰਦਾ 2 ਪੁਆਇੰਟ, ਫੁੱਟਬਾਲ ਦੇ ਵਿੱਚ 3 ਪੁਆਇੰਟ ਹੁੰਦੇ ਆ। ਜੇਤੂ ਟੀਮ ਦੇ ਡਰਾ ਰਹੀ ਟੀਮ ਦਾ 1 ਪੁਆਇੰਟ ਹੁੰਦਾ। ਵਿਕਰਮਜੀਤ ਸਿੰਘ ਠੀਕ ਆ ਜੀ, ਠੀਕ ਆ ਵਿਕਰਮ ਸਾਡਾ ਵੀਰ। ਉੱਧਰ ਗੁੱਲੂ ਆ ਕਹਿੰਦੇ ਕੈਪਟਨ ਕੂਲ, ਇਹ ਵੀ ਕਲਕੱਤੇ ਦੇ ਵਿੱਚ ਆਤ ਕਰਾਉਂਦਾ ਪੂਰੀ ਕੰਡੀਲੇ ਵਾਲਾ ਸਾਡਾ ਵੀਰ ਵਿਕਰਮਜੀਤ ਸਿੰਘ ਗੁੱਲੂ ਵੀ ਜੁੜਿਆ ਹੋਇਆ ਲਾਈਵ ਦੇ ਵਿੱਚ। ਵੀ ਫੁੱਟਬਾਲ ਦੇ ਵਿੱਚ ਜੇਤੂ ਟੀਮ ਦੇ 3 ਪੁਆਇੰਟ ਹੁੰਦੇ ਆ ਅਤੇ ਡਰਾ ਰਹੀ ਟੀਮ ਦਾ 1 ਪੁਆਇੰਟ। ਅਤੇ ਜੇਕਰ ਹਾਰ ਗਏ ਆ ਫਿਰ 0 ਹੁੰਦਾ। ਨੌਜੀ ਅਟੈਕ 'ਤੇ ਗਈ ਇੱਕ ਵਾਰ ਫਿਰ ਟੀਮ ਇੰਟਰਨੈਸ਼ਨਲ ਦੀ, ਕਾਰਨ ਮਾਈਨਸ ਆਏ ਹਾਏ ਹਾਏ ਹਾਏ। ਓਵਰ ਹੋ ਗਿਆ ਬਾਹਲਾ, ਇੱਥੋਂ ਤਾਂ ਸ਼ੂਟ ਹੈ ਮਾਰ, ਕਈ ਵਾਰ ਔਨ ਗੋਲ ਵੀ ਦੇਖਣ ਨੂੰ ਮਿਲ ਜਾਂਦੇ ਆ। ਹਾਂਜੀ ਹਾਂਜੀ, ਪਿੰਡ ਪਜੌੜੇ ਦਾ ਸਟੇਡੀਅਮ ਹੈ ਜੀ। ਮੰਨਾ ਡਾਂਡੀਆਂ ਜਪਨਾਮ ਆ, ਜਪਨਾਮ ਲਓ ਜੀ। ਗਗਨ ਲਈ ਫੁੱਟਬਾਲ ਖੇਡੀ ਗਈ ਆ ਜੀ, ਖੇਡੂ ਵਾਲੇ ਲਈ ਲਓ ਜੀ। ਕਰਮੀ ਮਾਨਸੇ ਵਾਲਾ ਜਾਪਨਾਮ ਵੱਧਦਾ ਹੋਇਆ ਲਓ ਜੀ ਅਟੈਕ। ਫੁੱਟਬਾਲ ਅਜੇ ਇੰਨੇ ਹੀ ਆ, ਜਾ ਜਾ ਜਾ
ਘੱਟੋ ਘੱਟ ਇੰਜਰੀ ਟਾਈਮ ਵੀ ਮਤਲਬ 8 ਜਾਂ 9 ਮਿੰਟ ਤਾਂ ਹੋਊਗਾ, 5 ਤੋਂ ਤਾਂ ਪਲੱਸ ਹੀ ਬਣ ਗਏ ਆ, 6-7 ਕੁ ਮਿੰਟ ਤਾਂ ਹੋਊਗਾ ਇੰਜਰੀ ਟਾਈਮ ਵੀ। ਆਫ ਸਾਈਡ ਦੀ ਝੰਡੀ ਖੜ ਗਈ ਆ, ਗੂਰਾ ਸਾਡਾ ਵੀਰ ਪੱਲੀਆਂ ਵਾਲਾ ਅਸਿਸਟੈਂਟ ਰੈਫਰੀ ਆ। ਮਾਈਨਸ ਕੀਤੀ ਗਈ ਸੀ ਪਰ ਕਹਿੰਦੇ ਸਟੋਪਰ ਵੱਲੋਂ ਇੰਟਰਸੈਪਟ ਕੀਤੀ ਗਈ ਆ ਫੁੱਟਬਾਲ। ਲਓ ਜੀ ਅਟੈਕ 'ਤੇ ਆ, ਹਾਏ 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 ਹਾਏ, ਝੰਡੀ ਨੂੰ ਸੈੱਟ ਚਿਹਰਾ ਝੰਡੀ ਨੂੰ। ਹੈਲੋ, ਹਾਂਜੀ ਹਾਂਜੀ ਸਰ, ਕੌਣ? ਮਾਲਪੁਰ ਜਿੱਤਰੇ ਹੀ ਆ ਜੀ, ਠੀਕ ਹੈ ਜੀ। ਲਓ ਜੀ ਉੱਧਰ ਮਾਲਪੁਰ ਅਤੇ ਦੁਆਬੇ ਦਾ ਮੈਚ ਚੱਲ ਰਿਹਾ, ਜਿਹਦੇ ਵਿੱਚ ਮਾਲਪੁਰ ਦੀ ਟੀਮ ਨੇ 3-2 ਦੇ ਨਾਲ ਲੀਡ ਲਈ ਹੋਈ ਆ, 3-2 ਦਾ ਸਕੋਰ ਹੋ ਗਿਆ ਜੀ ਉੱਧਰ। ਆਦਮਪੁਰ ਵਾਰਸ ਪ੍ਰਿੰਸੀਪਲ ਹਰਭਜਨ ਸਪੋਰਟਿੰਗ ਕਲੱਬ ਮਾਲਪੁਰ ਦੀਆਂ ਟੀਮਾਂ ਦੇ ਵਿਚਕਾਰ 3-2। ਜੀ ਸੁਖਵਿੰਦਰ ਸਿੰਘ ਰਿੱਕੀ ਮਾਸਟਰ ਜੀ ਵੱਡੋਂ ਸਕੂਲ ਦੇ ਪ੍ਰਿੰਸੀਪਲ, ਉਹਨਾਂ ਵੱਲੋਂ ਅਪਡੇਟ ਦਿੱਤੀ ਜਾ ਰਹੀ ਆ ਵੀ 3-2 ਦਾ ਸਕੋਰ ਹੋਊਗਾ। ਸਰ ਜਾਦੂ ਆ ਪਰ ਫਾਊਲ ਹੋਊਗਾ, ਬਿਲਕੁਲ ਫਾਊਲ, ਕਿਉਂਕਿ ਫਾਊਲ ਹੀ ਸੀਗਾ ਜਾਦੂ ਸਿੰਘ, ਕਿਉਂਕਿ ਸਟੋਪਰ ਨੂੰ ਬਾਂਹ ਫੜ ਕੇ ਖਿੱਚ ਕੇ ਮਿਲ ਕੇ ਗੋਲ ਕੀਤਾ ਗਿਆ। ਈਸ਼ਵਰ ਵੱਲੋਂ ਪਾਸ ਪਰ ਕਹਿੰਦੇ ਫਾਊਲ ਦਾ ਇਸ਼ਾਰਾ, ਫਾਊਲ ਦਾ ਇਸ਼ਾਰਾ, ਇਹਦੇ ਨਾਲੋਂ ਗੋਲਾਂ ਨੂੰ ਸੁੱਟੋ, ਗੋਲਾਂ ਨੂੰ ਬਾਹਰੋਂ ਹੀ ਫੁੱਟਬਾਲ ਖੇਡ ਰਿਹਾ ਜ਼ਿਆਦਾ, ਕਿਉਂਕਿ ਗੋਲਾਂ ਨੂੰ ਜੇਕਰ ਜਾਊਂਗੇ ਨੇ ਤਾਂ ਗੋਲ ਕਿੱਦਾਂ ਹੋਊਗਾ। ਰੋਹਿਤ ਵੀ ਥੋੜ੍ਹਾ ਜਿਹਾ ਬਾਹਰ ਨੂੰ ਖੇਡ ਰਿਹਾ, ਈਸ਼ਵਰ ਵੀ ਬਾਹਰ ਨੂੰ ਖੇਡੀ ਜਾ ਰਿਹਾ, ਗੋਲਾਂ ਦੇ ਫਰੰਟ ਮੂਹਰੇ ਕੰਮ ਘੱਟ ਕਰਦੇ ਆ ਜਿੱਥੇ ਗੋਲ ਹੋਣਾ। ਆਲੇ ਦੁਆਲੇ ਜ਼ੋਰ ਲਾ ਰਹੀ ਆ ਇੰਟਰਨੈਸ਼ਨਲ ਦੀ ਟੀਮ ਅੱਜ। ਸੈਵਨ ਸੈੱਟ ਹੋ ਰਿਹਾ ਪੈਂਟੂ ਅੰਕਲ ਜੀ ਜੈਨ, 5 ਤਰੀਕ ਤੋਂ ਪੈਂਟੂ ਰਾਣਾ ਜੀ ਪਿੰਡ ਸੜੋਏ ਤੋਂ, ਜਾਪੀ ਸਾਡਾ ਵੀਰ ਸੜੋਏ ਵਾਲਾ ਖੇਡਦਾ, ਉਹਦੇ ਫਾਦਰ ਸਾਹਿਬ ਕਲਕੱਤੇ ਦੇ ਵਿੱਚ ਜੋਬ ਕਰਦੇ ਆ ਜੀ ਆਰਮੀ ਦੇ ਵਿੱਚ। ਲਓ ਜੀ ਇਹ ਵੀ ਕਹਿੰਦੇ ਇਹ ਟੈਕਟ ਸਹੀ ਹੁੰਦੇ ਮਤਲਬ ਟੀਮਾਂ ਦੇ, ਇਹ ਵੀ ਜਿਹੜੀ ਰੀਥਰੋ ਕੀਤੀ ਜਾਣੀ ਆ। ਫਾਊਲ ਥਰੋ ਦਿੱਤੀ ਗਈ ਆ, ਬਿਲਕੁਲ ਸੈਂਟਰ ਲਾਈਨ ਤੋਂ ਪਿੱਛਿਓਂ ਕਿਹਾ ਤਾਂ ਅੱਗਿਓਂ ਕੀਤੀ ਗਈ ਆ, ਅਤੇ ਫਾਊਲ ਥਰੋ ਆ ਜੇ ਹੁਣ ਪਹਿਲਾਂ ਟੈਕਟ ਤੂੰ ਮਾਰ ਗਿਆ ਵੀ ਸਿੱਧੀ ਥਰੋ ਬਾਹਰ ਕਰਕੇ, ਅਤੇ ਹੁਣ ਰੈਫਰੀਆਂ ਨੇ ਵੀ ਟੈਕਟ ਇੰਨਾ ਕੁ ਲਾਏ ਲੈਣਾ। ਥਾਪਾ ਥਾਪਾ ਵੀ ਉੱਧਰ ਕੰਡ ਦਾ ਕਰਦਾ ਪਰ ਮਾਈਨਸ ਵੇਲੇ ਥੋੜ੍ਹਾ ਜਿਹਾ ਮਾਈਨਸ ਨਹੀਂ ਵਧੀਆ ਹੁੰਦੀ ਹੈਗੀ, ਰਾਈਟ ਪਾਸਿਓਂ ਵੀ ਕਰੋਸਿੰਗ ਘੱਟ ਹੋਈ ਆ।
ਚੇਸ਼ਟੀ ਅਕੈਡਮੀ ਵੱਲੋਂ ਦੂਸਰਾ ਗੋਲ ਕ੍ਰੋਸ ਤੇ ਕੀਤਾ ਗਿਆ, ਬਹੁਤ ਵਧੀਆ ਅਸਿਸਟ ਕੀਤਾ ਗਿਆ 13 ਨੰਬਰ ਦੀ ਜਰਸੀ ਵਿੱਚ ਮੁੰਡਾ, ਜਿਹੜਾ ਕਿ ਗੋਲ ਵੀ ਕਰ ਗਿਆ ਅਤੇ ਗੋਲ ਕਰਵਾ ਵੀ ਗਿਆ, ਇੱਕ ਉੱਧਰ ਕਲੀਅਰ ਕੀਤੀ ਗਈ ਆ ਅਤੇ ਨੋ ਮੈਨ ਆ। ਲਓ ਜੀ ਜਾਦੂ ਲਈ ਫੁੱਟਬਾਲ ਖੇਡੀ ਗਈ ਆ, ਜਾਦੂ 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 ਮੂਹਰੇ ਕਰਨੀ ਆ। ਲਓ ਜੀ ਇੱਕ ਵਾਰ ਫਿਰ ਅਟੈਕ 'ਤੇ ਆ ਜੇਸ਼ਟੀ ਅਕੈਡਮੀ ਦੀ ਟੀਮ। ਲਓ ਜੀ ਮਾਈਨਸ, ਆਏ ਹਾਏ 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 ਹਾਏ, ਲਓ ਜੀ ਮੈਚ ਇੱਕ ਵਾਰ ਫਿਰ ਰੋਕਿਆ ਗਿਆ ਅਤੇ ਇੰਜਰੀ ਟਾਈਮ ਐਡ ਹੋਣਾ ਮਿੱਤਰੋ ਇਹ ਤਾਂ। ਮਾਲਪੁਰ 3-2, ਹਾਂਜੀ ਮਾਲਪੁਰ ਦੀ ਟੀਮ 3 ਗੋਲ ਕਰ ਗਈ ਆ, ਦੁਆਬੇ ਦੇ ਹੈਗੇ ਆ ਜੀ 2 ਗੋਲ, 3-2 ਦਾ ਸਕੋਰ ਹੋ ਗਿਆ ਉੱਧਰ। ਆਦਮਪੁਰ 2 ਮੈਚ ਚੱਲ ਰਿਹਾ, ਮਾਲਪੁਰ ਦਾ ਮੈਚ ਨਹੀਂ ਚੈਨਲ ਲਾਈਵ, ਦੁਆਬੇ ਵਾਲਿਆਂ ਦਾ ਕੋਈ ਆਪਣਾ ਹੀ ਪੇਜ ਆ ਜੀ, ਉਹਦੇ ਉੱਪਰ ਲਾਈਵ ਕਰਦੇ ਹੁੰਦੇ ਆ ਦੁਆਬਾ ਫੁੱਟਬਾਲ ਕਲੱਬ। ਲਓ ਜੀ ਫੁੱਟਬਾਲ ਕਹਿੰਦੇ ਜੇਸ਼ਟੀ ਅਕੈਡਮੀ ਦੇ ਕੋਲ ਸੀ ਅਤੇ ਜੇਸ਼ਟੀ ਅਕੈਡਮੀ ਨੂੰ ਦਿੱਤੀ ਜਾਊਗੀ। ਸਮਾਂ ਕਹਿੰਦੇ 41ਵਾਂ ਮਿੰਟ ਚੱਲ ਰਿਹਾ, ਥਰੋ ਮਿਲੂਗੀ ਜੀ ਇੰਟਰਨੈਸ਼ਨਲ ਦੀ ਟੀਮ ਨੂੰ। ਬਿਲਕੁਲ ਜੀ ਬਿਲਕੁਲ, ਟੀਚਰ ਵਾਲੇ ਦਾ ਜਾਣਾ ਬਣਦਾ ਆ ਕਿਉਂਕਿ ਹੋਮ ਗਰਾਊਂਡ ਆ ਇੰਟਰਨੈਸ਼ਨਲ ਦੀ, ਚੱਕ ਕੇ ਪਲੇਅਰ ਬਾਹਰ ਕੱਢੀਏ ਅਤੇ ਮੈਚ ਸ਼ੁਰੂ ਕੀਤਾ ਜਾਵੇ ਤਾਂ ਜੋ। ਠੀਕ ਹੈ ਜੀ, ਕਾਰਨ ਸਾਡਾ ਵੀਰ ਛੇ ਮਿੰਟ ਇੰਜਰੀ ਟਾਈਮ ਐਡ ਆਨ ਕੀਤਾ ਜਾਊਗਾ ਅਤੇ ਰੈਫਰੀ ਸਾਹਿਬਾਨ ਵੱਲੋਂ ਸਿਗਨਲ ਪਹੁੰਚ ਗਿਆ ਫੋਰਥ ਅਫੀਸ਼ੀਅਲ ਲਈ। ਲਓ ਜੀ ਅਟੈਕ 'ਤੇ ਫਾਊਲ ਬਿਲਕੁਲ ਜਾਦੂ ਹੈ ਵੀ ਫੁੱਟਬਾਲ ਜਿੱਤੀ ਆ ਇੰਟਰਨੈਸ਼ਨਲ ਦੀ ਟੀਮ ਨੇ ਅਤੇ ਜਾਦੂ ਸਿੰਘ ਦਾ ਫੌਲ ਆ। ਲਓ ਜੀ ਅਟੈਕ 'ਤੇ ਆ, ਗੋਲਕੀਪਰ ਕਹਿੰਦੇ ਫਾਊਲ ਦਾ ਇਸ਼ਾਰਾ, ਕੋਈ ਮਿਸਟੇਕ ਹੋ ਗਈ ਸੀ ਗੋਲਕੀਪਰ ਦੀ ਕਿਉਂਕਿ ਫੁੱਟਬਾਲ ਤੋਂ ਅੱਗੇ ਹੀ ਆ ਗਿਆ ਸੀਗਾ, ਜ਼ਿਆਦਾ ਹੀ ਖਤਰਾ ਬਣ ਸਕਦਾ ਸੀ। ਰੋਹਿਤ ਗੁੱਡ ਪਲੇਅਰ ਅਤੇ ਲਓ ਜੀ 6 ਮਿੰਟ ਦਾ ਇੰਜਰੀ ਟਾਈਮ ਐਡ ਆਨ ਕੀਤਾ ਜਾਊਗਾ, ਹਜੇ 44ਵਾਂ ਮਿੰਟ ਚੱਲ ਰਿਹਾ। ਕਹਿੰਦੇ ਝੰਡੀ ਆਫਸਾਈਡ ਦੀ ਖੜ ਗਈ ਆ, ਉਹ ਰੈਫਰੀ ਕਰੂਗਾ, ਕੋਈ ਨਹੀਂ ਕੋਈ ਨਹੀਂ।
ਬਿਲਕੁਲ ਜੀ ਬਿਲਕੁਲ ਇਹ ਤਾਂ ਆਫ ਸਾਈਡ ਸੀਗੀ ਇਹ ਤਾਂ ਪਲੇ ਆਉਣੇ ਆ ਟੀਮ ਦੇ ਕੋਲ ਫੁੱਟਬਾਲ ਐਡਵਾਂਟੇਜ ਔਰ ਚਾਂਸ ਬਣ ਗਿਆ ਚਾਂਸ ਬਣ ਗਿਆ ਓ ਰੱਬਾ ਕਹਿੰਦੇ ਮਿਸ ਹੋ ਗਿਆ ਮਿਸ ਹੋ ਗਿਆ ਦਰਕਰਮੀ ਦਬੜੂ ਘੁਸੜੂਈ ਆ ਦਬੜੂ ਘੁਸੜੂਈ ਆ ਅਤੇ ਜਪਨਾਮ ਆ ਨਾ ਜੀ ਕੋਰਨਰ ਮਿਲੂਗੀ ਜੀ ਕੋਰਨਰ ਛੇ ਮਿੰਟ ਦਿਖਾ ਦਿੱਤੇ ਗਏ ਜੀ ਇੰਜਰੀ ਟਾਈਮ 6 ਮਿੰਟ ਐਡ ਆਨ ਕੀਤਾ ਗਿਆ ਕੋਰਨਰ 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 ਰੋਹਿਤ ਵੱਲੋਂ ਆਏ ਹਾਏ 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 ਨੋ ਜੀ ਆਊਟ ਦਾ ਇਸ਼ਾਰਾ ਈਸ਼ਵਰ ਸਿੰਘ ਸਟੋਪਰ ਖੜ ਗਿਆ ਇੱਥੇ ਤਾਂ ਹੁਣ ਤਾਂ ਪਿੱਛੋਂ ਇੱਕ ਅੱਪ ਕਰ ਲੈਣਾ ਚਾਹੀਦਾ ਪਲੇਅਰ ਉੱਧਰ ਜਪਨਾਮ ਲਈ ਫੁੱਟਬਾਲ ਖੇਡੀ ਗਈ ਆ ਜਪਨਾਮ 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 ਤਾਂ ਹੀ ਮਤਰਾ ਗਰਾਊਂਡ ਵੱਲ ਤਾਂ ਲੰਘਣੀ ਨਹੀਂ ਡਿਫੈਂਸ ਮੋਰ ਦੀ ਮੌਜੂਦ ਜਾਦੂ ਆ ਮਿੱਤਰੋ ਨਾਲ ਕਹਿੰਦੇ ਗਗਨ ਆ ਚਿਹੇੜੂ ਵਾਲਾ ਜਾਦੂ 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 ਲਓ ਜੀ ਨੇਕਾ 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 ਕਹਿੰਦੇ ਨੇਕੇ ਵੱਲੋਂ ਟਰਾਈ ਲਓ ਜੀ ਇੰਟਰਸੈਪਟ ਕੀਤਾ ਗਿਆ ਲਓ ਜੀ ਗਈ ਆ ਜੀ ਅਟੈਕ ਦੇ ਉੱਪਰ ਕਰਨ ਹਾਏ 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 ਕਰਮੀ ਨੂੰ ਲੱਭਿਆ ਗਿਆ ਸੀ ਮਾਨਸੇ ਵਾਲੇ ਨੂੰ ਉੱਧਰ ਚਾਂਸ ਸਟੋਪਰ ਦੀ ਮਿਸ ਆ ਅਤੇ ਕਹਿੰਦੇ ਪਰਲੇ ਐਂਗਲ ਪਲੇਸ ਹੁੰਦਾ ਤਾਂ ਖਤਰਾ ਬਣਨਾ ਸੀਗਾ ਹਾਏ 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 ਅਗੇਨ ਕੋਰਨਰ ਮਿਲੂਗੀ ਆ ਤਾਂ ਪਲੇਸ ਕਹਿੰਦੇ ਸੈਕਿੰਡ ਪੋਸਟ 'ਤੇ ਹੁੰਦੀ ਤਾਂ ਗੋਲ ਦੇਖਣ ਨੂੰ ਮਿਲ ਸਕਦਾ ਸੀ ਪਰ ਜਿੱਥੇ ਗੋਲ ਗਈ ਪਰ ਉੱਥੇ ਪਲੇਸ ਮਾਰ ਗਿਆ ਮੁੰਡਾ ਅਤੇ ਸਟੋਪਰ ਦੀ ਮਿਸਟੇਕ ਕਹਿੰਦੇ ਮਿਸ ਭਾਰੀ ਪੈ ਜਾਣੀ ਸੀ ਟੀਮ ਦੇ ਉੱਪਰ ਲਓ ਜੀ ਚਾਂਸ ਗੋਲਕੀਪਰ ਵੱਲੋਂ ਪੰਚ ਆਏ ਹਾਏ 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 ਮਿਸ ਕੀਤੀ ਗਈ ਆ ਟੱਚ ਟੱਚ ਕਰ ਰਹੀ ਆ ਜੇਸਟੀ ਅਕੈਡਮੀ ਪਾਸ ਖੇਡੀ ਗਈ ਆ ਪਰ ਇਹ ਰੁਕਣੀ ਨਹੀਂ ਫੁੱਟਬਾਲ ਹੈਗੀ ਬਿਲਕੁਲ ਰੁਕਣੀ ਨਹੀਂ ਹੈਗੀ ਇਹ ਫੁੱਟਬਾਲ ਆਊਟ ਵੱਲ ਨੂੰ ਜਾਣੀ ਆ ਜਦੋਂ ਰਾਣਾ ਭਾਜੀ ਵੀ ਕਹਿੰਦੇ ਬੈਲਪੁਰੀ ਆਏ ਹੋਏ ਨੇ ਬੀ ਆਰ ਸੀ ਐਫ ਵਾਲੇ ਇਹਨਾਂ ਦਾ ਵੀ ਕਹਿੰਦੇ ਬੀ ਡਿਵੀਜ਼ਨ ਸੈਕਿੰਡ ਡਿਵੀਜ਼ਨ ਖੇਡ ਰਹੇ ਆ ਥੱਲਿਓਂ ਅਤੇ ਆਰ ਸੀ ਐਫ ਅਤੇ ਬੀ ਐੱਸ ਐੱਫ ਦਾ ਮੈਚ ਹੋਣਾ ਜੀ 3 ਤਰੀਕ ਨੂੰ ਜਲੰਧਰ ਵਿਖੇ 4 ਵਜੇ ਠੀਕ ਸ਼ੁਰੂ ਹੋਣਾ ਆ 3 ਤਰੀਕ ਨੂੰ ਆਰ ਸੀ ਐੱਫ ਵਰਸਿਸ ਬੀ ਐੱਸ ਐੱਫ
फाउल किया गया। उधर कहते तीन तीन गोल ड्रा हो गए जी आदमपुर मालपुर के। लो जी परमिंदर सिंह वालों अपडेट आई है सानू, परमिंदर साडा वीर तीन तीन गोलों की अपडेट आई है जी, मालपुर तीन ते दुआबा तीन। लो जी मोहित, मोहित वालों वन टू बनाया गया, मोहित भी कहते मुंडा आया ले वे करमी 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 ले कर गया टीम मुड़िया जी सारी मुड़िया जी। लो जी करनी वालों पास मन्ने लई, मन्ने वालों रोहित करमी आए हाए 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 बहुत वधिया ट्राई दे गए सी करमी वालों। लो जी नेके लिए फुटबॉल खेडी गई आ, बहुत वधिया मूव बनाया गया सीगा। उधर मोहित भी कहिंदे मुंडा फिट हो के आया होया ग्राउंड दे विच, उधर करमी वालों हेड कटाई गई आ रोहित, पर कहिंदे जाली वालों बहुत वधिया कहिंदे क्लीयर कीती गई है, एन आखरी मूवमेंट दे उपर मुंडे ने कॉर्नर कीती आ सेव कीता जिहड़ी लीड लई होई आ, नहीं तां रोहित रोहित वालों खतरा खतरा बन जाणा सी। ते लो जी कॉर्नर मिली आ जी एक बार फिर, अगेन लो जी कहते ये नाल ही लंबी बिसर के नाल मैच की समाप्ति हो गई है जी। यह जी फगवाड़े वाली डरबी जीएसटी अकैडमी जेतू रही है जी, इंटरनेशनल फगवाड़े की टीम 2-1 जीएसटी अकैडमी की टीम जेतू रही है, तो हार्ड लक इंटरनेशनल की टीम लई। तो बहुत वधिया खेड का प्रदर्शन किया दोनों टीमों ने, शानदार खेड का प्रदर्शन किया, हार्ड लक हो गई जी इंटरनेशनल। तो बहुत बहुत मुबारक कुलदीप सिंह, हार्ड लक कुलदीप सिंह दीप भाजी को साहबान, मुबारक जी प्रदीप सिंह दीपा भाजी पिलके तो। उधर तीन तीन गोल बराबर रहा जी कहते, हाँ जी थली डिवीजन च आ जी BSF ते RCF वो थले खेडती आ जी, बी डिवीजन खेडती आ थल्यों क्वालीफाई कर रही ने, ते RCF की टीम अपना पहला मैच जित गई आ, ते BSF की टीम डरा रही आ केयर FC नू। चलो जी बहुत वधिया खेड का प्रदर्शन किया दोनों टीमों ने, दो मल घोलते तो एक ने जितना एक ने टैना उही गल आ मैं जिम्मे अगे भी जिक्र करता हूं, पर बहुत वधिया खेड का प्रदर्शन किया आखिरी मिनटों के दो तीन गोल मिस कर गए जी इंटरनेशनल की टीम, प्लेस सैकंड एंगल हुंदी दा खतरा बन जाना सीगा। उधर JST अकैडमी की टीम जीती आ जी, प्रदीप सिंह दीपा भाजी बिलगे वाले उन्होंने बहुत बहुत मुबारक, साडा वीर सनी पलाही वाला लक्की, साडा वीर गोलकीपर मैली वाला जिहड़े कोच ने जी JST अकैडमी दे, उन्होंने बहुत बहुत मुबारक। राणा भाजी RCF तोता भाजी पजौड़ा सारे खड़े हो, लक्की साडा वीर गोलकीपर मैली। लो जी बहुत वधिया खेड का प्रदर्शन किया दोनों टीमों ने, तो मुबारक JST अकैडमी से हार्ड लक हो गई है इंटरनेशनल फुटबॉल क्लब फगवाड़े की टीम 9 पॉइंट हो गई है जी JST अकैडमी के 5 मैचों के, तो इंटरनेशनल की टीम के 5 मैचों के 7 पॉइंट ने। उधर सनी आ कहते पलाही वाला साडा वीर इंटरनेशनल की टीम के नाल, स्पोर्ट्समैनशिप इन्हू कहते क्योंकि कट्ठे ही दोनों टीम एको ग्राउंड प्रैक्टिस कर दियां ने।
ਠੀਕ ਹੈ ਭਾਜੀ ਬਜਵਾੜਾ ਬਾਜਵਾ ਕ੍ਰੀਏਸ਼ਨਸ ਜ਼ਰੂਰ ਜੀ ਜ਼ਰੂਰ ਕਮਲ ਜੀ ਸਤਿ ਸ਼੍ਰੀ ਅਕਾਲ ਮੈਚ ਵਧੀਆ ਹੋ ਗਿਆ ਹਾਂਜੀ ਹਾਂਜੀ ਅੰਕਲ ਜੀ ਮੈਚ ਬਹੁਤ ਵਧੀਆ ਹੋਇਆ ਜੀ ਧੰਨਵਾਦ ਜੀ ਧੰਨਵਾਦ ਜਿੰਨੇ ਸਾਡੇ ਵੀਰ ਲਾਈਵ ਦੇ ਵਿੱਚ ਜੁੜੇ ਹੋਏ ਸੀਗੇ ਸਾਰਿਆਂ ਦਾ ਧੰਨਵਾਦ ਆ ਬਹੁਤ ਬਹੁਤ ਹੁਣ ਇਸ ਤੋਂ ਬਾਅਦ 4 ਤਰੀਕ ਨੂੰ ਲਾਈਵ ਟੈਲੀਕਾਸਟ ਹੋਊਗਾ ਜੀ ਗੜ੍ਹ ਸ਼ੰਕਰ ਦੀ ਗਰਾਊਂਡ ਦੇ ਵਿੱਚ ਓਲੰਪੀਅਨ ਜਰਨੈਲ ਸਿੰਘ ਸਪੋਰਟਿੰਗ ਕਲੱਬ ਗੜ੍ਹ ਸ਼ੰਕਰ ਵਰਸਸ ਦੁਆਬਾ ਸਪੋਰਟਿੰਗ ਕਲੱਬ ਆਦਮਪੁਰ ਦੁਆਬਾ ਫੁੱਟਬਾਲ ਕਲੱਬ ਆਦਮਪੁਰ ਦੀਆਂ ਟੀਮਾਂ ਦੇ ਵਿਚਕਾਰ ਹੋਊਗਾ 4 ਤਰੀਕ ਨੂੰ ਉਸ ਤੋਂ ਬਾਅਦ 5 ਤਰੀਕ ਨੂੰ ਹੋਊਗਾ ਜੀ ਇੰਟਰਨੈਸ਼ਨਲ ਫਗਵਾੜੇ ਦਾ ਮੈਚ CRPF ਜਲੰਧਰ ਦੇ ਨਾਲ ਜਲੰਧਰ ਦੀ ਗਰਾਊਂਡ ਦੇ ਵਿੱਚ ਲਓ ਜੀ ਹੁਣ ਦਿਓ ਦਾਸ ਨੂੰ ਵੀ ਆ ਗਿਆ ਅਤੇ ਮਿਲਾਂਗੇ ਆਪਾਂ ਹੁਣ 4 ਤਰੀਕ ਨੂੰ ਇੰਟਰਨੈਸ਼ਨਲ ਸੋਰੀ ਗੜ੍ਹ ਸ਼ੰਕਰ ਦੀ ਗਰਾਊਂਡ ਦੇ ਵਿੱਚ ਗੜ੍ਹ ਸ਼ੰਕਰ ਵਰਸਸ ਦੁਆਬਾ ਫੁੱਟਬਾਲ ਕਲੱਬ ਆਦਮਪੁਰ ਆਦਮਪੁਰ ਦੀ ਟੀਮ ਵੀ ਅੱਜ 3-3 ਗੋਲ ਬਰਾਬਰ ਰਹੀ ਆ ਦਾਸ ਨੂੰ ਵੀ ਆ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ